Oh.
ਆਉਣ ਦੀ ਬਾਤ ਉਹ ਹੈ ਮੇਰੇ ਸਵਾਮੀ ਮੈਂ ਕੁਝ ਆਗੇ ਅਰਦਾਸ ਮੈਂ ਹੋਰ ਥਾਂ ਨਾ ਹੀ ਜਿਸ ਪਰ ਕਰੋ ਬੇਨਤੀ ਮੇਰਾ ਦੁੱਖ ਸੁੱਖ ਤੁਝੀ ਹੀ ਪਾਸ ਤਾਣ ਕਹਿੰਦੇ ਨੇ ਤੱਕ ਮੈਨੂੰ ਤੇਰੀ ਤਾਕਤ ਦਾ ਆਸਰ ਮੈਨੂੰ ਤੇਰੀ ਤਾਕਤ 'ਤੇ ਭਰੋਸਾ ਦਿਮਾਗ ਕਹਿੰਦੇ ਨੇ ਕਚਹਿਰੀ ਮੈਨੂੰ ਤੇਰੇ ਨਿਆਂ 'ਤੇ ਭਰੋਸਾ ਕਿ ਤੂੰ ਕਦੇ ਅਨਿਆਂ ਨਹੀਂ ਕਰਦਾ ਹਮੇਸ਼ਾ ਜਸਟਿਸ ਕਰ ਮੈਂ ਤਾਣ ਦਿਮਾਗ ਤੂੰ ਹੈ ਮੇਰੇ ਸੁਣ ਤੂੰ ਹੀ ਹੈ ਹੋਰ ਕੋਈ ਮੈਂ ਤੁਧ ਆਗੈ ਅਰਦਾਸ ਇਸ ਲਈ ਮੇਰੀ ਤੇਰੇ ਅੱਗੇ ਅਰਦਾਸ ਮੈਂ ਹੋਰ ਥਾਂ ਨਾ ਹੀ ਜਿਸ ਪੈ ਕਰੋ ਮੇਰਾ ਕੋਈ ਹੋਰ ਥਾਂ ਨਹੀਂ ਜਿੱਥੇ ਮੈਂ ਬੇਨਤੀ ਕਰਾਂ ਮੇਰਾ ਦੁੱਖ ਸੁੱਖ ਤੁਝ ਹੀ ਪਾਸ ਮੇਰਾ ਦੁੱਖ ਅਤੇ ਸੁੱਖ ਤੇਰੇ ਕੋਲ ਹੀ ਹੈ ਜੇ ਤੂੰ ਜੀਵਨ ਵਿੱਚ ਕੋਈ ਸੁੱਖ ਦੇ ਮੈਂ ਤੇਰੀ ਬਖਸ਼ਿਸ਼ ਜੇ ਤੂੰ ਜੀਵਨ ਵਿੱਚ ਕੋਈ ਦੁਨਿਆਵੀ ਦੁੱਖ ਦੇਵੀਂ ਇਹ ਵੀ ਤੇਰੀ ਦਾਤ ਮੈਂ ਦੋਨਾਂ ਸਿਚੁਏਸ਼ਨ ਵਿੱਚ ਤੇਰੀ ਸ਼ਰਨ ਨਹੀਂ ਸੀ ਮੈਂ ਤਾਣ ਦਿਮਾਗ ਤੋਂ ਹੈ ਮੇਰੇ ਸਵਾਮੀ ਮੈਂ ਤੁਧ ਆਗੈ ਅਰਦਾਸ ਮੈਂ ਹੋਰ ਥਾਂ ਨਾ ਹੀ ਜਿਸ ਪੈ ਕਰੋ ਬੇਨਤੀ ਮੇਰਾ ਦੁੱਖ ਸੁੱਖ ਨਹੀਂ ਪਾਸ ਅਵਰ ਨਾ ਸੁੱਜੈ ਦੂਜੀ ਠਾਹ ਠਾਹ ਕਹਿੰਦੇ ਨੇ ਆਸਰ ਔਰ ਅਵਰ ਨਾ ਸੁੱਜੈ ਦੂਜੀ ਠਾਹ ਹਾਰ ਪਰਿਓ ਤੌ ਦਾ ਮੈਨੂੰ ਕੋਈ ਹੋਰ ਆਸਰਾ ਦਿਸਦਾ ਹੀ ਸੁੱਜਦਾ ਹੀ ਤੇਰੇ ਤੋਂ ਇਲਾਵਾ ਕੋਈ ਮੇਰਾ ਪੱਲਾ ਫੜਨ ਵਾਲਾ ਨਹੀਂ ਮੇਰੀ ਗੱਲ ਸੁਣਨ ਵਾਲਾ ਅਵਰ ਨਾ ਸੁੱਜੈ ਦੂਜੀ ਠਾਰ ਹਾਰ ਪਰਿਓ ਪੌਦਾ ਹਾਰ ਕੇ ਮੈਂ ਤੇਰੇ ਸ਼ਰਨ ਆ ਗਿਆ ਤੇਰੀ ਸ਼ਰਨ ਪੈ ਗਈ ਲੇਖਾ ਛੋੜ ਅਲੇਖੇ ਝੂਟੇ ਹਮ ਨਿਰਭਰ ਲਿਓ ਪ੍ਰਭੂ ਤੇਰੇ ਦਰ ਤੇ ਮੈਂ ਹਿਸਾਬ ਦੇਣ ਨਹੀਂ ਆਇਆ ਕਿਉਂਕਿ ਹਿਸਾਬ ਨਾਲ ਤਾਂ ਮੈਂ ਕਦੇ ਬਖਸ਼ਿਆ ਨਹੀਂ ਅਲੇਖੇ ਝੂਠੇ ਬਿਨਾਂ ਹਿਸਾਬ ਬਸ ਤੇਰੀ ਸ਼ਰਨ ਆ ਗਿਆ ਗਲੇ ਨਾ ਲਾ ਲੈ ਮੇਰੇ ਪਿਛਲੇ ਪਾਪ ਨਾ ਮਾਫ ਹਿਸਾਬ ਕਿਤਾਬ ਨਾਲ ਨਹੀਂ ਬਖਸ਼ਿਆ ਗਿਆ ਮੈਂ ਤਾਣ ਦਿਮਾਗ ਤੋਂ ਹੈ ਮੇਰੇ ਸਵਾਮੀ ਮੈਂ ਤੁਧ ਆ ਗਿਆ ਅਰਦਾਸ ਮੈਂ ਹੋਰ ਥਾਂ ਨਾ ਹੀ ਜਿਸ ਪੈ ਕਰੋ ਬੇਨਤੀ ਮੇਰਾ ਦੁੱਖ ਸੁੱਖ ਕੁਝ ਹੀ ਪਾਸ ਮੈਂ ਹਰ ਹਰ ਨਾਮ ਹਰ ਸੂਏ ਜਿਉਂ ਭਾਵੈ ਤਿਉਂ ਰਾਖ ਮੇਰੇ ਸਾਹਿਬ ਮੈਂ ਕੁਝ ਬਿਨ ਔਰ ਹੇ ਪ੍ਰਭੂ ਜੀਓ ਮੈਂ ਹਰ ਹਰ ਨਾਮ ਹਰ ਸੂਏ ਥਰ ਕਹਿੰਦੇ ਨੇ ਆਸਰਾ ਥੜਾ ਪਾਰਟੀ ਮੈਂ ਤੈਨੂੰ ਆਪਣੀ ਪਾਰਟੀ ਬਣਾਇਆ ਮੈਂ ਤੈਨੂੰ ਆਪਣਾ ਧੜਾ ਬਣਾ ਆਸਰਾ ਮੈਂ ਹਰ ਹਰ ਨਾਮ ਹਰ ਸੂਈ ਉਸ ਸੋਈ ਨੂੰ ਕਿਹੜੇ ਸੋਈ ਜਿਹਨੂੰ ਸੋਦਰ ਵਿੱਚ ਮਹਾਰਾਜ ਨੇ ਬਹੁਤ ਅੱਛੇ ਤਰੀਕੇ ਨਾਲ ਐਕਸਪਲੇਨ ਕੀਤਾ ਸੋਈ ਸੋਈ ਸਦਾ ਸਾਹਿਬ ਸੱਚਾ ਸੱਚੀ ਨਾਈ ਆਪ ਸੱਚਾ ਉਹਦੀ ਵਡਿਆਈ ਸੱਚੀ ਹੈ ਆਪ ਸਦਾ ਕਾਇਮ ਰਹਿੰਦਾ ਹੈ ਵੀ ਹੋਸੀ ਜਾਏ ਨਾ ਜਾਸੀ ਰਚਨਾ ਜਿਹਨਾਂ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਹਨੂੰ ਕਰ ਇਹ ਸੋਈ ਦੇ ਗੁਣ ਜਿਸਨੇ ਰੰਗਾਂ ਰੰਗਾਂ ਦੀ ਭਾਂਤਾਂ ਭਾਂਤਾਂ ਦੀ ਕਾਇਨਾਤ ਨੂੰ ਰਚ ਕੇ ਅਤੇ ਫਿਰ ਉਹਦੀ ਸੰਭਾਲ
ਕਰ ਕਰ ਦੇਖਿਆ ਕੀਤਾ ਆਪਣਾ, ਆਪਣਾ ਕੀਤਾ ਹੋਇਆ ਕਰ ਕਰ ਫਿਰ ਤੂੰ ਦੇਖ ਰਿਹਾ ਸੰਭਾਲ ਲੁਕਾ ਜੇ ਉਹਦੀ ਵਡਿਆਈ ਜੋ ਤਿਸ ਦੀ ਵਡਿਆਈ ਜੋ ਤਿਸ ਭਾਵ ਹੈ ਸੋਈ ਕਰਸੀ ਇਹ ਸੋਈ ਦੀ ਪਰਿਭਾਸ਼ਾ ਵਿੱਚ ਗੁਣ ਹੈ ਕਿ ਉਹ ਜੋ ਚਾਹੇ ਉਹ ਕਰਦਾ ਮੈਂ ਹਰ ਹਰ ਨਾਮ ਧਰ ਸੋਈ ਉਸ ਮਾਲਕ ਦਾ ਮੈਂ ਆਸਰਾ ਲਿਆ ਜਿਉਂ ਭਾਵ ਹੈ ਤਿਉਂ ਰਾਖ ਮੇਰੇ ਸਾਹਿਬ ਇਹ ਮੇਰੇ ਮਾਲਕ ਜਿਵੇਂ ਤੈਨੂੰ ਚੰਗਾ ਲੱਗ ਜਿਉਂ ਭਾਵ ਹੈ ਤਿਉਂ ਰਾਖ ਮੇਰੇ ਸਾਹਿਬ ਮੈਂ ਕੁਝ ਬਿਨ ਅਵਰ ਹਾਂ ਕੋਈ ਤੇਰੇ ਤੋਂ ਬਿਨਾਂ ਮੇਰਾ ਹੋ ਇੱਥੋਂ ਮਹਾਰਾਜ ਬਖਸ਼ਿਸ਼ ਕਰਦੇ ਹਨ ਇਸ ਹੀ ਜ਼ੋਰ ਹੰਕਾਰ ਬੋਲਣ ਕਾ ਇਸ ਹੀ ਜ਼ੋਰ ਦੀ ਬਾਣ ਮਾਇਆ ਮੈਂ ਹਰ ਬਿਨ ਟੇਕ ਧਰ ਅਵਰ ਨਾ ਖਾਈ ਮੈਂ ਹਰ ਬਿਨ ਟੇਕ ਧਰ ਅਵਰ ਨਾ ਖਾਈ ਹੋਰ ਕਿਸੇ ਦੀ ਟੇਕ ਨੂੰ ਛੱਡ ਕੇ ਮੈਂ ਕੇਵਲ ਔਰ ਕੇਵਲ ਹੇ ਪਰਮਾਤਮਾ ਤੇਰੀ ਟੇਕ ਦੇ ਮੈਂ ਹਰ ਬਿਨ ਟੇਕ ਹਰ ਤੇਰੀ ਟੇਕ ਤੇਰਾ ਆਸਰਾ ਇਹਨੂੰ ਮੈਂ ਆਪਣਾ ਪਾਰਟਨਰ ਬਣਾਇਆ ਤੇਰੇ ਆਸਰੇ ਮੈਂ ਤੂੰ ਕਰਤੇ ਰਾਖ ਮੈਂ ਨਿਮਾਣੀ ਹੇ ਮੇਰੀ ਨਿਮਾਣੀ ਨੂੰ ਹੇ ਕਰਤਾਰ ਹੇ ਦੁਨੀਆ ਦੇ ਰਚਨਹਾਰ ਤੂੰ ਰੱਖ ਕਿਉਂ ਭਾਵ ਹੈ ਕਿਉਂ ਰਾਖ ਮੇਰੇ ਸਾਹਿਬ ਮੈਂ ਕੁਝ ਦਿਨ ਆਉਂਦਾ ਮੈਂ ਤੇਰੇ ਤੋਂ ਬਿਨਾਂ ਤੇਰਾ ਹੋ ਮੈਂ ਕੁਝ ਦਿਨ ਅਵਰ ਨਹੀਂ ਉਸ ਪਰਮਾਤਮਾ ਦੇ ਧੰਨ ਸ੍ਰੀ ਗੁਰੂ ਨਾਮ ਦਾ ਸਪਾਚਾ ਇਸ ਸ਼ਬਦ ਵਿੱਚ ਬੇਅੰਤ ਗੁਣ ਗਿਣਦੇ ਹਨ ਰਹਾਉ ਦੀ ਧੁੱਪ ਵਿੱਚ ਅਰਦਾਸ ਹੇ ਪ੍ਰਭੂ ਜੀਓ ਮੈਂ ਹਰ ਹਰ ਨਾਮ ਧਰ ਸੋਈ ਜਿਉਂ ਭਾਵੈ ਤੋਂ ਰਾਖ ਮੇਰੇ ਸਾਹਿਬ ਮੈਂ ਤੁਝ ਬਿਨ ਅਵਰ ਨਾ ਮੈਂ ਤਾਣ ਦੇ ਬਾਅਦ ਉਹ ਹੈ ਮੇਰੇ ਸਵਾਮੀ ਮੈਂ ਕੁਝ ਆਗੇ ਅਰਦਾਸ ਮੈਂ ਹੋਰ ਥਾਂ ਨਹੀਂ ਕੋਈ ਹੋਰ ਥਾਂ ਨਹੀਂ ਮੇਰੀ ਕੋਈ ਸੁਣਨ ਵਾਲਾ ਨਹੀਂ ਕੋਈ ਇਸ ਲਈ ਮੈਂ ਤੇਰੀ ਸ਼ਰਨ ਆਇਆ ਮੇਰਾ ਦੁੱਖ ਸੁੱਖ ਜੀ ਪਾਸ ਫਿਰ ਉਹਦੇ ਗੁਣ ਗਿਣਦੇ ਨੇ ਵਿੱਚ ਧਰਤੀ ਵਿੱਚ ਪਾਣੀ ਵਿੱਚ ਕਾਸਟ ਅਗਨ ਧਰੀਜੈ ਕਮਾਲ ਹੈ 70% ਪਾਣੀ ਧਰਤੀ ਧਰਤੀ ਵਿੱਚ ਪਾਣੀ ਹੈ ਪਾਣੀ ਵਿੱਚ ਧਰਤੀ ਪਾਣੀ ਦੇ ਬਾਹਰ ਧਰਤੀ ਧਰਤੀ ਦੇ ਬਾਹਰ ਪਾਣੀ ਔਰ ਫਿਰ ਪਾਣੀ ਡਿੱਗਦਾ ਨਹੀਂ ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸ਼ਟ ਅਗਨ ਧਰੀਜੈ ਕਾਸ਼ਟ ਕਹਿੰਦੇ ਨੇ ਲੱਕੜੀ ਨੂੰ ਅਗਨ ਕਹਿੰਦੇ ਨੇ ਅੱਗ ਨੂੰ ਲੱਕੜ ਵਿੱਚ ਅੱਗ ਪਾਈ ਹੋਈ ਪ੍ਰਸੰਨ ਦੀ ਵਿੱਚ ਕਾਸ਼ਟ ਅਗਨ ਧਰੀਜੈ ਬੱਕਰੀ ਸਿੰਘ ਇੱਕ ਤੇ ਥਾਂ ਰੱਖੈ ਮਨ ਹਰ ਜਪ ਭਰਮ ਪਾਉ ਗੁਰੂ ਇਹ ਜਿਹੜੇ ਭਰਮ ਸਾਨੂੰ ਪਏ ਨਾ ਜਿਹੜੇ ਭੁਲੇਖੇ ਸਾਨੂੰ ਪਏ ਅਸੀਂ ਪਰਮਾਤਮਾ ਦੇ ਸਿਸਟਮ ਨੂੰ ਆਪਣੇ ਦਿਮਾਗ ਨਾਲ ਸਮਝਣਾ ਮਹਾਰਾਜ ਕਹਿੰਦੇ ਨੇ ਤੇਰੇ ਸਮਝ ਤੋਂ ਬਾਅਦ ਇਹੋ ਹੀ ਚੀਜ਼ ਸਾਨੂੰ ਪਰਮਾਤਮਾ ਤੋਂ ਤੋੜਨੀ ਜਦੋਂ ਅਸੀਂ ਪਰਮਾਤਮਾ ਦੇ ਸਿਸਟਮ ਨੂੰ ਆਪਣੇ ਦਿਮਾਗ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਫਿਰ ਜਦੋਂ ਸਮਝ ਨਹੀਂ ਆਉਂਦਾ ਉਦੋਂ ਫਿਰ ਅਸੀਂ ਕਹਿੰਦੇ ਹਾਂ ਇੱਥੇ ਪਰਮਾਤਮਾ ਗਲਤੀ ਖਾ ਕਿਉਂਕਿ ਸਾਡੇ ਦਿਮਾਗ ਦੇ ਹਿਸਾਬ ਨਾਲ ਉਹ ਰਿਜ਼ਲਟ ਨਹੀਂ ਨਿਕਲਦਾ ਜੋ ਅਸੀਂ ਉਹਦੇ ਸਿਸਟਮ ਨੂੰ ਆਪਣੇ ਮਨ ਵਿੱਚ ਬਣਾ ਕੇ ਪਰਮਾਤਮਾ ਦਾ ਸਿਸਟਮ ਬੇਅੰਤ ਹੈ ਉਮਰੀ ਮਹਿਮਾ ਵਰਨ ਦਾ ਸਾਥ ਵਰਣਨ ਹੀ ਨਹੀਂ ਕਰ ਸਕਦਾ ਸਮਝਣਾ ਤਾਂ ਬਹੁਤ ਜ਼ਰੂਰੀ ਗੱਲ
ਬਿਆਨ ਹੀ ਨਹੀਂ ਕਰ ਸਕਦੇ, ਪਰ ਅਸੀਂ ਆਪਣੇ ਮਤ ਨਾਲ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਸਮਝ ਆਉਂਦਾ ਨਹੀਂ, ਇਸ ਕਰਕੇ ਫਿਰ ਆਪਣੇ ਹਿਸਾਬ ਨਾਲ ਹੀ ਰਿਜ਼ਲਟ ਕੱਢਦੇ ਕਿ ਨਹੀਂ ਇੱਥੇ ਰੱਬ ਗਲਤੀ ਖਾ ਲਿਆ, ਆਹ ਰੱਬ ਨੇ ਅਨਿਆਮ ਕਰ ਲਿਆ, ਆਹ ਉਹਦਾ ਨਿਆਂ ਨਹੀਂ, ਸਾਡੇ ਨਾਲ ਧੋਖਾ ਹੋ ਗਿਆ, ਇਹ ਭੁਲੇਖ ਹੈ, ਇਹ ਭਰਮ। ਮਹਾਰਾਜ ਕਹਿੰਦੇ ਨੇ ਇਸ ਭਰਮ ਨੂੰ ਦੂਰ ਕਰ ਲੈ। ਦੂਰ ਕਿਵੇਂ ਹੋਏਗਾ? ਜਦੋਂ ਉਹਦੀ ਵਡਿਆਈ ਸਾਹਮਣੇ ਰੱਖੀ, ਉਹਦੇ ਇੰਨੇ ਗੁਣ ਸਾਹਮਣੇ ਆਉਣਗੇ, ਤੈਨੂੰ ਸਮਝ ਆ ਜਾਏਗਾ ਵੀ ਤੇਰੀ ਸਮਝ ਤੋਂ ਬਾਹਰ ਹੈ। ਹਰ ਬੇਅੰਤ ਕੋ ਵਿਰਲਾ ਜਾਣਾ, ਕੋਈ ਵਿਰਲਾ ਵਿਰਲਾ ਹੀ ਇਸ ਗੱਲ ਸਮਝ ਪਾਉਂਦਾ ਵੀ ਹਰੀ ਬੇਅੰਤ ਹੈ। ਹਰੀ ਨੂੰ ਤਾਂ ਕੋਈ ਨਹੀਂ ਸਮਝ ਸਕਦਾ, ਪਰ ਇਹ ਗੱਲ ਸਮਝ ਕਈਆਂ ਦੇ ਆ ਜਾਂਦੀ ਹੈ, ਬਹੁਤ ਵਿਰਲਿਆਂ ਦੀ ਹੁੰਦੀ ਹੈ। ਮਹਾਰਾਜ ਕਹਿੰਦੇ ਨੇ ਕੋ ਵਿਰਲਾ ਜਾਣਾ, ਕੋਈ ਵਿਰਲਾ ਇਸ ਗੱਲ ਨੂੰ ਸਮਝਦਾ ਵੀ ਹਰੀ ਬੇਅੰਤ, ਬੇਅੰਤ ਹਰੀ ਨੂੰ ਕੋਈ ਨਹੀਂ ਸਮਝ ਸਕਦਾ। ਇਹਦਾ ਅਰਥ ਇਹ ਨਹੀਂ ਕਰ ਸਕਦੇ ਕਿ ਵੀ ਬੇਅੰਤ ਹਰੀ ਨੂੰ ਕੋਈ ਕੋਈ ਵਿਰਲਾ ਸਮਝਦਾ, ਨਾ ਸਮਝ ਤਾਂ ਕੋਈ ਵੀ ਨਹੀਂ ਸਕਦਾ। ਕੋਈ ਕੋਈ ਇਹ ਸਮਝਦਾ ਵੀ ਹਰੀ ਬੇਅੰਤ, ਇਹ ਗੱਲ ਉਹਨਾਂ ਨੂੰ ਸਮਝ ਆਉਂਦੀ ਹੈ ਜਿਹੜੇ ਵਾਰ ਵਾਰ ਉਹਦੇ ਗੁਣ, ਜਿਹਨੂੰ ਅਸੀਂ ਸਿਮਰਨ ਕਹਿੰਦੇ ਹਾਂ ਨਾ, ਸਿਮਰਨ ਹੋਰ ਕੁਝ ਨਹੀਂ, ਸਿਮਰਨ ਸੰਸਕ੍ਰਿਤ ਦਾ ਪਦ ਹੈ, ਜਿਹਦਾ ਅਰਥ ਸੰਸਕ੍ਰਿਤ ਦਾ ਪਦ ਹੈ ਸਮਰਨ। ਇਹ ਸਮਰਨ ਦਾ ਲਿਟਰੇਰੀ ਮੀਨਿੰਗ, ਡਿਕਸ਼ਨਰੀ ਮੀਨਿੰਗ ਹੈ ਪਿਆਰ ਭਰੀ ਯਾਦ, ਰੱਬ ਨੂੰ ਪਿਆਰ ਨਾਲ ਯਾਦ ਕਰਨਾ, ਅਤੇ ਪਿਆਰ ਦਾ ਆਧਾਰ ਹਮੇਸ਼ਾ ਗੁਣ ਹੁੰਦਾ। ਕਿਸੇ ਨੂੰ ਯਾਦ ਰੱਖਣਾ ਹੋਵੇ ਤਾਂ ਉਹਦੇ ਗੁਣਾਂ ਦੀ ਸਾਂਝ ਪਏ ਤਾਂ ਉਹ ਯਾਦ ਰਹਿੰਦਾ, ਗੁਣ ਅਵਗੁਣ ਹੋਣ ਤਾਂ ਵੀ ਯਾਦ ਰਹਿੰਦਾ। ਮਨੁੱਖ ਥਾਂ ਚੀਜ਼ ਘਟਣਾ ਗੁਣ ਅਵਗੁਣ ਹੋਵੇ ਤਾਂ ਵੀ ਯਾਦ ਰਹਿੰਦੀ ਹੈ, ਗੁਣ ਸਗੁਣ ਹੋਵੇ ਤਾਂ ਵੀ ਯਾਦ, ਪਰ ਦੋਨਾਂ ਦੀ ਯਾਦ ਵਿੱਚ ਫਰਕ ਹੈ। ਇੱਕ ਦੀ ਯਾਦ ਪਿਆਰ ਵਾਲੀ ਹੁੰਦੀ ਹੈ ਅਤੇ ਇੱਕ ਦੀ ਯਾਦ ਨਫ਼ਰਤ ਵਾਲੀ ਹੁੰਦੀ ਹੈ, ਯਾਦ ਦੋਨਾਂ ਦੀ ਬਣੀ। ਰੱਬ ਨੂੰ ਯਾਦ ਕਰਨਾ ਹੈ ਤੇ ਫਿਰ ਗੁਣਾਂ ਨਾਲ ਸਾਂਝ ਪਾਈਏ, ਅਤੇ ਰੱਬ ਵਿੱਚ ਸਾਰੇ ਚੰਗੇ ਹੀ ਗੁਣ ਹਨ, ਮਾੜਾ ਗੁਣ, ਇਸ ਲਈ ਰੱਬ ਦੇ ਗੁਣਾਂ ਦੀ ਯਾਦ ਮਨ ਵਿੱਚ ਪਿਆਰ ਪੈਦਾ ਕਰਦੀ, ਇਸੇ ਨੂੰ ਸਿਮਰਨ ਆਖਦੇ ਪਿਆਰ ਭਰੀ ਯਾਦ। ਕਿਸੇ ਇੱਕ ਅੱਖਰ ਨਾਲ ਰੱਬ ਨੂੰ ਜੇ ਐਵੇਂ ਰਸਨਾ ਨਾਲ ਆਖੀ ਜਾਈਏ ਤੇ ਉਸ ਅੱਖਰ ਜਿਹੜੇ ਅੱਖਰ ਨਾਲ ਵੀ ਰੱਬ ਨੂੰ ਅਸੀਂ ਯਾਦ ਕਰਦੇ, ਕੋਈ ਵੀ ਲੈ ਉਹਦਾ ਗੁਣ ਹੋਵੇ। ਮਹਾਰਾਜ ਕਹਿੰਦੇ ਨੇ ਵਾਹ ਵਾਹ ਸਿਫਤ ਸਲਾਹ, ਵਾਹ ਵਾਹ ਕਰਕੇ ਉਹਦੀ ਸਿਫਤ ਹੋ ਸਕੀ, ਆਪਾਂ ਉਹਦੀ ਸਿਫਤ ਕਰੀਏ। ਤੇ ਵਾਹ ਕਿਹਨੂੰ ਆਖੀਦਾ? ਜਿਹਦੇ 'ਚ ਗੁਣ ਹੋਵੇ, ਜਦੋਂ ਤੱਕ ਗੁਣ ਸਾਹਮਣੇ ਨਹੀਂ ਨਿਹਰਾ ਵਾਹ ਨਹੀਂ ਆਉਂਦਾ, ਇਸ ਲਈ ਗੁਣਾਂ ਦੀ ਸਾਂਝ ਹੀ ਸਿਮਰਨ। ਜਿੰਨਾ ਉਹਨੂੰ ਗੁਣਾਂ ਦੇ ਨਾਲ ਯਾਦ ਕਰ ਲਾਂਗੇ ਉਹਨਾਂ ਮਨ ਵਿੱਚ ਉਹਦਾ ਸਿਮਰਨ ਬਣੇਗਾ, ਉਹਨਾਂ ਮਨ ਵਿੱਚ ਉਹਦੇ ਲਈ ਪਿਆਰ ਸਤਿਕਾਰ ਆਦਰ ਬਣੇਗਾ। ਜਿੰਨਾ ਉਹਦੇ ਨਾਲ ਪਿਆਰ ਪਏਗਾ ਉਨੀ ਯਾਦ ਪੱਕੀ ਹੁੰਦੀ ਜਾਏਗੀ। ਜਦੋਂ ਬਹੁਤੇ ਗੁਣ ਗਾਉਣ ਲੱਗ ਪਈਏ ਫਿਰ ਆਪਣੇ ਆਪਣੇ ਸਾਹਮਣੇ ਆ ਜਾਂਦੇ, ਆਪਣੀ ਹੰਕਾਰ ਦੀ ਜੋ ਮਨਸ਼ਾ ਬਣੀ ਹੈ ਸਾਡੇ ਅੰਦਰ ਉਹ ਟੁੱਟ ਜਾਂਦੀ। ਇਸੇ ਲਈ ਮਹਾਰਾਜ ਕਹਿੰਦੇ ਨੇ ਗੁਣ ਗਾਵਤ ਬਿਨ ਸਜਾਏ ਹਉਮੈ ਦੇਖ, ਹਉਮੈ ਦੀ ਨਹਿਲ ਗੁਣ ਗਾਇਆ। ਇਸੇ ਲਈ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਗੁਰੂ ਗੋਬਿੰਦ ਗਾਇਓ ਨਹੀਂ ਜਨਮ ਅਕਾਲ। ਇਸੇ ਲਈ ਮਹਾਰਾਜ ਬਾਣੀ ਸਮਾਨ ਕਰਦੇ ਹਨ ਕਿ ਜਿਉਂ ਭਾਵ ਹੈ ਤਿਉਂ ਲਏ ਮਿਲਾਏ ਭਗਤ ਕਰੇ, ਭਗਤ ਕਰੇ ਕੀ ਕਰੇ ਹਲਕੇ ਗੁਣ। ਹਰੀ ਦੇ ਗੁਣ ਗਾਉਣਾ ਹੀ ਭਗਤੀ ਹੈ, ਕਿਉਂਕਿ ਹਰ ਭਗਤ ਹਲਕਾ ਪਿਆਰ,
ਰੱਬ ਨਾਲ ਪਿਆਰ ਪਾਉਣਾ ਹੀ ਭਗਤੀ ਹੈ ਅਤੇ ਪਿਆਰ ਗੁਣਾਂ ਦੀ ਸਾਂਝ ਨਾਲ ਪੈਂਦਾ, ਹੋਰ ਕੋਈ ਤਰੀਕਾ ਨਹੀਂ ਪਿਆਰ। ਹਰ ਭਗਤ ਹਰ ਕਾ ਪਿਆਰ। ਅੰਦਿਨ ਸੇਵਕ ਸੇਵਾ ਕਰੇ, ਮਹਾਰਾਜ ਨੇ ਸੇਵਾ ਵੀ ਕਿਹੜੀ ਦੱਸੀ? ਹਰ ਸੱਚੇ ਕੇ ਗੁਣ ਗਾਏ, ਸੱਚੇ ਦੇ ਗੁਣ ਗਾਉਣਾ ਹੀ ਸੇਵਾ ਹੈ, ਇਹੀ ਸੇਵਾ। ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸ਼ਤ ਅਗਨ ਤਰੀਜੈ, ਬੱਕਰੀ ਸਿੰਘ ਇੱਕ ਉੱਤੇ ਥਾਂ ਰੱਖੈ, ਮਨ ਹਰ ਜਪ ਭਰਮ ਭਾਉ ਦੂਰ ਕੀਜੈ। ਹੈ ਮਨਾ ਹਰੀ ਨੂੰ ਜਾਣ, ਉਹਦੇ ਗੁਣਾਂ ਨੂੰ ਜਾਣ, ਅਤੇ ਗੁਣਾਂ ਨੂੰ ਜਾਣ ਕੇ ਆਪਣਾ ਭਰਮ ਦੂਰ ਕਰ, ਵੀ ਤੂੰ ਉਹਨੂੰ ਸਮਝ ਸਕ। ਸਾਨੂੰ ਵੱਡਾ ਵੱਡਾ ਭੇਖ ਹੈ ਵੀ ਅਸੀਂ ਰੱਬ ਨੂੰ ਸ਼ਾਇਦ ਸਮਝ ਸਕਦੇ, ਔਰ ਇਹ ਭੁਲੇਖਾ ਐਸਾ ਹੈ ਜੋ ਜ਼ਾਹਰੀ ਤੌਰ 'ਤੇ ਸਾਨੂੰ ਕਦੇ ਸਮਝ ਨਹੀਂ ਆਇਆ, ਪਰ ਇਹ ਭੁਲੇਖਾ ਹੈ, ਔਰ ਇਸ ਭੁਲੇਖੇ ਦੇ ਅਧੀਨ ਅਸੀਂ ਰੱਬ ਨੂੰ ਕ੍ਰਿਟੀਸਾਈਜ਼ ਕਰਦੇ ਰਹਿੰਦੇ ਹਾਂ ਵੀ ਰੱਬ ਨੇ ਆਹ ਕੀ ਕੀਤਾ, ਰੱਬ ਨੇ ਆਹ ਕੀ ਕੀਤਾ, ਜਾਂ ਜੋ ਰੱਬ ਕਰਦਾ ਉਹ ਸਾਨੂੰ ਸੂਟ। ਕੇਵਲ ਰਸਨਾ ਨਾਲ ਬਾਣੀ ਪੜ੍ਹੀ ਜਾਈਏ ਉਹਦਾ ਜੀਵਨ ਵਿੱਚ ਕੋਈ ਲਾਭ ਨਹੀਂ। ਲੋਕੀ ਕਹਿੰਦੇ ਹਨ ਕਿ ਜੇ ਇਸ ਤਰ੍ਹਾਂ ਨਾ ਕਿਹਾ ਕਰੋ ਕਿ ਲੋਕਾਂ ਦਾ ਵਿਸ਼ਵਾਸ ਟੁੱਟ ਜਾਂਦਾ। ਮੈਂ ਕਿਹਾ ਲੋਕਾਂ 'ਚ ਅੰਧ ਵਿਸ਼ਵਾਸ ਕਿਉਂ ਪੈਦਾ ਕਰਦੇ, ਲੋਕਾਂ 'ਚ ਸੱਚਾ ਵਿਸ਼ਵਾਸ ਪੈਦਾ। ਅੰਧ ਵਿਸ਼ਵਾਸ ਨਹੀਂ ਕਿਤੇ ਨਹੀਂ ਲਿਜਾਉਂਦਾ, ਸੱਚੇ ਵਿਸ਼ਵਾਸ ਨਹੀਂ ਲਿਜਾਉਂਦਾ। ਜੇ ਸੱਚਾ ਵਿਸ਼ਵਾਸ ਕੀ ਕਹਿੰਦਾ ਹੈ? ਵੀ ਉਹਦੇ ਗੁਣ ਪ੍ਰਭ ਕੀ ਉਸਤਤ ਕਰੋ ਸੰਤਵੀਰ ਸਾਵਧਾਨ ਇੱਕ ਅਗ। ਦੁਨੀਆਂ ਵਿੱਚ ਦੁਨਿਆਵੀ ਕੰਮ ਬਿਨਾਂ ਕੰਸੰਟਰੇਸ਼ਨ ਤੋਂ ਕਦੇ ਫਲਦਾਇਕ ਨਹੀਂ ਹੁੰਦਾ। ਕੋਈ ਕੰਮ ਆਪਾਂ ਜੇ ਬਿਨਾਂ ਤਵੱਜੋ ਬਿਨਾਂ ਕੰਸੰਟਰੇਸ਼ਨ ਦੇ ਕਰੀਏ ਤਾਂ ਉਹਦਾ ਫਲ ਕਦੇ ਨਹੀਂ ਹੁੰਦਾ, ਨੁਕਸਾਨ ਹੋ ਸਕਦਾ। ਕਾਰ ਡਰਾਈਵ ਕਰਦੇ ਹੋਈਏ ਧਿਆਨ ਇੱਕ ਸਕਿੰਟ ਵਾਸਤੇ ਕਿਤੇ ਨਿਕਲੇ ਤੇ ਝੱਟ ਐਕਸੀਡੈਂਟ ਹੁੰਦਾ। ਤੇ ਜੇ ਦੁਨਿਆਵੀ ਕੰਮ ਬਿਨਾਂ ਧਿਆਨ ਤੋਂ ਫਲਦਾਇਕ ਨਹੀਂ, ਤੇ ਆਤਮਕ ਕੰਮ ਬਿਨਾਂ ਧਿਆਨ ਤੋਂ ਕਿਵੇਂ ਫਲਦਾਇਕ ਹੋ ਸਕਦਾ? ਰੱਬ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਠੀਕ। ਮਹਾਰਾਜ ਹੁਕਮ ਕਰਦੇ ਹਾਂ ਕਿ ਅਸੀਂ ਆਪਣਾ ਹੀ ਦਿਮਾਗ ਲਾਈ ਜਾਂਦੇ ਹਾਂ, ਨਹੀਂ ਜੀ ਨਹੀਂ, ਬਸ ਪਾਠ ਕਰ ਲਿਆ ਕਰੋ, ਭਗਤੀ ਕਰ ਲਿਆ ਕਰੋ, ਪੂਜਾ ਕਰ ਲਿਆ ਕਰੋ, ਗੱਲ ਬਣੀ ਨਹੀਂ ਬਣੀ, ਬਾਣੀ ਕਹਿੰਦੀ ਨਹੀਂ ਬਣੀ, ਜਿੰਨਾ ਮਰਜ਼ੀ ਕਰ ਲਓ ਨਹੀਂ। ਦੁਨਿਆਵੀ ਲਾਭ ਹੋ ਸਕਦੇ ਹਨ, ਆਤਮਕ ਲਾਭ ਨਹੀਂ ਮਿਲਦਾ। ਜੀਵਨ ਦਾ ਮੋਰ ਰੱਬ ਨੂੰ ਮਿਲਣਾ ਹੈ ਅਤੇ ਰੱਬ ਨਹੀਂ ਮਿਲਦਾ। ਜਿੰਨੇ ਮਰਜ਼ੀ ਪਾਠ ਕਰ ਲਈਏ, ਜਿੰਨੇ ਮਰਜ਼ੀ ਕੀਰਤਨ ਕਰ ਲਈਏ, ਨਹੀਂ, ਜਿੰਨਾ ਮਰਜ਼ੀ ਸੇਵਾ ਪੁੰਨ ਦਾਨ ਕੀਰਤ ਇਸ਼ਨਾ ਜੋ ਮਰਜ਼ੀ ਕਰ, ਜਦੋਂ ਤੱਕ ਰੱਬ ਦੇ ਗੁਣ ਮਨ ਕਰਕੇ ਨਹੀਂ ਗਾਏ। ਮਹਾਰਾਜ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਉਦਾਹਰਣ ਦੇ ਕੇ ਸਮਝਾਉਂਦੇ ਹਨ ਕਿ ਰੱਬ ਦੀ ਭਗਤੀ ਕਿਵੇਂ ਕਰਨੀ ਹੈ, ਨਾਮ ਕਿਵੇਂ ਜਪਣਾ ਹੈ, ਸਿਮਰਨ ਕਿਵੇਂ ਕਰਨਾ ਹੈ, ਤਰੀਕਾ ਗੁਰੂ ਤੇਗ ਬਹਾਦਰ ਪਾਤਸ਼ਾਹ ਇੱਕ ਉਦਾਹਰਣ ਦੇ ਕੇ ਸਮਝਾਉਂਦੇ। ਮਹਾਰਾਜ ਕਹਿੰਦੇ ਨੇ ਸਵਾਮੀ ਕੋ ਗ੍ਰਹਿ ਜਿਉਂ ਸਦਾ ਸਵਾਨ ਤਜਤ ਨਹੀਂ ਨਿਤ। ਸਵਾਨ ਕਹਿੰਦੇ ਨੇ ਕੁੱਤੇ, ਕੁੱਤੇ ਦੀ ਵਫਾਦਾਰੀ ਬੜੀ ਉੱਚ ਕੋਟੀ ਦੀ ਹੁੰਦੀ। ਕਿੰਨਾ ਵਫਾਦਾਰ ਹੈ ਕੁੱਤਾ? ਮਹਾਰਾਜ ਕਹਿੰਦੇ ਨੇ ਸਵਾਮੀ ਕੋ ਗ੍ਰਹਿ ਜਿਉਂ ਸਦਾ ਸਵਾਨ ਤਜਤ ਨਹੀਂ ਨਿਤ। ਕੁੱਤਾ ਆਪਣੇ ਮਾਲਕ ਦੇ ਘਰ ਦੀ ਸਿਕਿਉਰਿਟੀ ਵਿੱਚ ਆਪਣਾ ਧਿਆਨ ਇੱਕ ਪਲ ਵਾਸਤੇ ਵੀ ਇੱਧਰ ਉੱਧਰ ਨਹੀਂ ਕਰਦਾ। ਉਹ ਸੁੱਤਾ ਵੀ ਹੋਵੇ, ਜਰਾ ਗੇਟ 'ਤੇ ਕੋਈ ਹੱਥ ਲਾਵੇ, ਉਸੇ ਵੇਲੇ ਪਹੁੰਚਣਾ ਸ਼ੁਰੂ ਕਰਦਾ। ਇੰਨੀ ਕੰਸੈਂਟਰੇਸ਼ਨ ਹੈ ਉਹ। ਸਵਾਮੀ ਕੋ ਗ੍ਰਹਿ ਜਿਉਂ ਸਦਾ ਸਵਾਨ ਤਜਤ ਨਹੀਂ ਨਿਤ। ਨਿਤ ਕਹਿੰਦੇ ਨੇ ਕੌਂਸਟੈਂਟ, ਤਜਤ ਛੱਡਦਾ ਨਹੀਂ ਹੈ। ਉਹ ਆਪਣੀ ਤਵੱਜੋ ਨੂੰ ਮਾਲਕ ਦੇ ਘਰ ਦੀ ਸੁਰੱਖਿਆ ਵਿੱਚੋਂ ਇੱਕ ਪਲ ਵਾਸਤੇ ਵੀ
ਇੱਧਰ ਉੱਧਰ ਨਹੀਂ ਛੱਡਦਾ, ਖੱਜਦਾ ਨਹੀਂ ਹੈ। ਹੀ ਡਸ ਨਾਟ ਲੀਵ, ਉਹਦੀ ਪੂਰੀ ਕੰਸੰਟਰੇਸ਼ਨ ਮਾਲਕ ਦੇ ਘਰ ਦੀ ਸੁਰੱਖਿਆ ਵਿੱਚ ਲੱਗੀ ਹੁੰਦੀ। ਉਦਾਹਰਣ ਦੇ ਕੇ ਕਹਿੰਦੇ ਨਾਨਕ ਇਹ ਵਿਦ ਹਰ ਭਜੋ ਇੱਕ ਮਨ ਹੋਏ ਇੱਕ ਜਨ। ਹੇ ਨਾਨਕ ਆਖ ਇਸ ਤਰੀਕੇ ਨਾਲ ਹਰੀ ਦਾ ਭਜਨ ਕਰਿਆ ਕਰੋ। ਤੇ ਸਾਨੂੰ ਅੱਜ ਕੱਲ੍ਹ ਪ੍ਰਚਾਰ ਹੋਣ ਲੱਗ ਪਿਆ ਨੇ ਜੀ ਨਹੀਂ ਬਸ ਤੁਸੀਂ ਪਾਠ ਕਰ ਲਿਆ ਕਰੋ, ਧਿਆਨ ਤੁਹਾਡਾ ਹੋਵੇ ਨਾ ਹੋਵੇ ਕੋਈ ਗੱਲ ਨਹੀਂ ਜੀ, ਬਸ ਪਾਠ ਕਰ ਲਿਆ। ਸਾਨੂੰ ਕੁਰਾਏ ਪਾ ਰਹੇ ਜਿਹੜੇ ਇਹੋ ਜਿਹਾ ਪ੍ਰਚਾਰ ਬਾਣੀ ਨਹੀਂ ਬਾਣੀ ਕਰਕੇ ਵੀ ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਗੁਹੰਗਮ ਸਾਧੇ ਪੰਜ ਜਨਾ ਸਿਓ ਸੰਗ ਨਾ ਛੁੱਟੇ। ਹੁਣ ਬਾਣੀ ਕਹਿੰਦੀ ਹੈ ਨਹੀਂ ਛੁੱਟੇਗਾ, ਅਸੀਂ ਐਵੇਂ ਆਖੀ ਜਾਂਦੇ ਛੁੱਟੇਗਾ ਨਹੀਂ ਜੀ, ਕਰਿਆ ਕਰੋ ਹੋ ਜਾਏਗਾ। ਭੁਲੇਖਾ ਪਾਉਂਦੇ ਕਿਉਂਕਿ ਉਹਨਾਂ ਦੀ ਦੁਕਾਨਦਾਰੀ ਚੱਲਦੀ ਹੈ ਅਤੇ ਸਾਨੂੰ ਉਹ ਸੌਖਾ ਬੜਾ ਲੱਗਦਾ ਵੀ ਚੱਲ ਠੀਕ ਹੈ 15 ਮਿੰਟ ਜਪਜੀ ਸਾਹਿਬ ਸਵੇਰੇ ਕੀਤਾ ਸਾਡਾ ਕੰਮ, ਦਲੋਂ ਲਾਇਆ ਇਹ ਸਾਡਾ ਕੰਮ, ਇਹ ਸਾਰੇ ਦਿਨ ਦਾ ਕੋਟਾ ਪੂਰਾ ਹੋ ਗਿਆ। ਮਹਾਰਾਜ ਤਾਂ ਕਹਿੰਦੇ ਨੇ ਸਾਤ ਸਾਲ ਸਿਮਰੋ 24 ਘੰਟੇ ਅੱਠੇ ਪੈਰ, 8 ਪਹਿਰ ਆ ਜਾਂਦੀ ਹੈ ਪੂਰਨ ਸਤਪੁਰ ਕੇ ਅੱਠੇ ਪੈਰ, ਅਤੇ ਅਸੀਂ 15 ਮਿੰਟ ਅੱਧਾ ਘੰਟਾ ਘੰਟਾ 2 ਘੰਟੇ ਦਿਨ 'ਚ ਲਾ ਕੇ ਉੱਥੇ ਵੀ ਧਿਆਨ ਸਾਡਾ ਥੋੜ੍ਹੀ ਹੁੰਦਾ, ਪਾਠ ਕਰ ਰਹੇ ਨੇ ਧਿਆਨ ਸਾਡਾ ਕਿਸੇ ਹੋਰ ਦਾ ਨਹੀਂ ਹੁੰਦਾ, ਉਹਦਾ ਕੋਈ ਲਾਭ ਨਹੀਂ। ਮਹਾਰਾਜ ਕਹਿੰਦੇ ਨੇ ਇਹ ਭੁਲੇਖਾ ਦੂਰ ਕਰ, ਮਨ ਹਰ ਜਪ ਭਰਮ ਭਉ ਦੂਰ ਕੀਜੈ, ਆਪਣੇ ਮਨ ਦਾ ਇਹ ਭਰਮ ਦੂਰ ਕਰ ਵੀ ਤੂੰ ਰੱਬ ਦੇ ਸਿਸਟਮ ਨੂੰ ਸਮਝ ਸਕਦਾ, ਤੂੰ ਨਹੀਂ ਸਮਝ ਸਕਦਾ, ਤੈਨੂੰ ਕਦੇ ਸਮਝ ਨਹੀਂ ਆਇਆ ਕਿਉਂਕਿ ਉਹ ਬਿਆਨ ਹਰ ਪੱਖ ਹੁੰਦਾ, ਤੁਮਰੀ ਮਹਿਮਾ ਵਰਨਾ ਸਭ ਇਨਐਕਸਪਲੇਨੇਬਲ ਹੈ, ਇਨਕੋਂਪ੍ਰੀਹੈਂਸੀਬਲ ਹੈ। ਤੂੰ ਠਾਕੁਰ ਉੱਚ ਭਗਵਾਨ, ਤੇਰੀ ਉਚਾਈ ਇੰਨੀ ਹੈ ਮੇਰੀ ਸੋਚ ਤੋਂ, ਬਿਓਂਡ ਦੀ ਰੀਚ ਆਫ ਮਾਈਂਡ ਐਂਡ ਵਿਜ਼ਨ, ਮੇਰੀ ਸੋਚ ਸ਼ਕਤੀ ਤੋਂ, ਇੰਟਲੈਕਚੁਅਲ ਬ੍ਰੇਨ ਦੀ ਨੌਲੇਜ ਤੋਂ ਪਰੇ ਹੈ, ਕਿਉਂਕਿ ਮੇਰਾ ਮਤ ਬਹੁਤ ਥੋੜ੍ਹੀ ਹੈ, ਤੂੰ ਸਮਰੱਥ ਵੱਡਾ ਮੇਰੀ ਮਤ ਥੋੜ੍ਹੀ ਨਾ, ਮਤ ਤੇ ਰੱਬ ਨੇ ਹੀ ਦਿੱਤੀ ਹੈ ਨਾ, ਇਸ ਲਈ ਮਹਾਰਾਜ ਕਹਿੰਦੇ ਆਪਣੀ ਮਤ ਛੱਡ ਗੁਰ ਕੀ ਮਤ ਖੁੱਲੇ ਇਆਣੇ, ਭਗਤ ਬਿਨਾ ਬਹੁ ਡੁੱਬੇ ਸਿਆਣੇ, ਬੜੇ ਬੜੇ ਸਿਆਣੇ ਡੁੱਬ ਗਏ ਕਿਉਂਕਿ ਭਗਤੀ ਨਹੀਂ, ਇਹ ਭਗਤੀ ਕੀ ਹੈ, ਹਰ ਭਗਤ ਹਰ ਕਾ ਪਿਆਰ, ਰੱਬ ਨਾਲ ਪਿਆਰ ਹੀ ਨਹੀਂ ਪਾਇਆ, ਪਿਆਰ ਪੈਂਦਾ ਗੁਰ ਗਾਇਆ। ਇਸ ਲਈ ਅੱਜ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਰੱਬਾ ਤੇਰੇ ਕਿਹੜੇ ਕਿਹੜੇ ਗੁਣ ਗਾਵਾਂ, ਤੇਰੇ ਗੁਣ ਬਣੇ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਨਹੀਂ ਨਿਧਾਨਾ, ਤੂੰ ਮਹਿਮਾ ਪਰਮ ਮਾਸਾ ਕੋ ਤੂੰ ਠਾਕੁਰ। ਹਰ ਕੀ ਵਡਿਆਈ ਦੇਖੋ ਸੰਤੋ, ਹਰ ਨਿਮਾਣਿਆ ਮਾਣ ਦੁਬਾਰਾ। ਹੁਣ ਇਹ ਵੀ ਰੱਬ ਦਾ ਇੱਕ ਬੜਾ ਵੱਡਾ ਗੁਣ ਹੈ, ਇਹ ਸੰਤ ਜਨੋ ਇਹ ਗੁਰੂ ਜਨੋ ਰੱਬ ਦੀ ਵਡਿਆਈ ਵੇਖੋ, ਪਰਮਾਤਮਾ ਦੀ ਵਡਿਆਈ ਵੇਖੋ, ਉਹ ਹਰੀ ਨਿਮਾਣਿਆਂ ਨੂੰ ਮਾਣ ਦਿਵਾ ਦਿੰਦਾ ਹੈ, ਖਲ ਮੂਰਖ ਤੇ ਪੰਡਿਤ ਕਰਬੋ ਪੰਡਿਤ ਤੇ ਮੁਗਦਾਰੀ, ਖਲ ਮੂਰਖ ਜਿਹੜਾ ਬਿਲਕੁਲ ਮੂਰਖ ਹੈ ਉਹਨੂੰ ਗਿਆਨੀ ਬਣਾ, ਇੱਥੇ ਪੰਡਿਤ ਦਾ ਗਿਆਨੀ ਸੂਝਵਾਨ ਗਿਆਨਵਾਨ ਨੌਲੇਜੇਬਲ, ਖਲ ਮੂਰਖ ਮੂਰਖ ਤੇ ਪੰਡਿਤ ਕਰਬੋ ਪੰਡਿਤ ਤੇ ਮੁਗਦਾਰੀ, ਅਤੇ ਜਿਹੜਾ ਬਹੁਤ ਗਿਆਨਵਾਨ ਹੈ ਨਾ ਉਹ ਮੂਰਖ ਬਣਾ ਦੇ, ਜੇ ਉਹਦੀ ਵਡਿਆਈ ਹੈ ਉਹਦਾ ਗੁਣ ਹੈ ਉਹ ਕਰ ਸਕੇ, ਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ, ਖਲ ਮੂਰਖ ਤੇ ਪੰਡਿਤ ਕਰਬੋ ਪੰਡਿਤ ਤੇ ਮੁਗਦਾਰੀ।
ਫਿਰ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਨੇ ਹਰ ਕੀ ਗੱਤ ਨੇ ਪੋਲ ਜਾਣ, ਗੱਤ ਕਹਿੰਦੇ ਨੇ ਹਾਲਤ ਅਵਸਥਾ ਸਟੇਜ, ਪਰਮਾਤਮਾ ਦੀ ਹਾਲਤ ਕੋਈ ਨਹੀਂ ਜਾਣ ਸਕਦਾ, ਉਹ ਕਿੰਨਾ ਵੱਡਾ ਹੈ, ਉਹ ਕਿੱਥੇ ਹੈ, ਉਹਦੀ ਕਿੰਨੀ ਤਾਕਤ ਹੈ, ਉਹ ਕੀ ਕਰ ਸਕਦਾ, ਇਹ ਕੋਈ ਨਹੀਂ, ਕਿਉਂਕਿ ਉਹਦਾ ਹਰ ਗੁਣ ਬੇਅੰਤ ਹੈ। ਬਾਉਂਡਲੈਸ, ਲਿਮਿਟਲੈਸ, ਕਲਰਲੈਸ, ਕ੍ਰੀਡਲੈਸ, ਸਮਝ ਤੋਂ, ਸੋਚ ਤੋਂ, ਹਰ ਕੀ ਗੱਤ ਨੇ ਕੋਉ ਜਾਣੇ, ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਪਦ ਪਾਇਆ ਕੋਉ, ਕੋਈ ਵੀ ਨਹੀਂ ਜਾਣ ਸਕਦਾ ਰੱਬ ਦੀ ਹਾਲਤ, ਰੱਬ ਕੀ ਕਰਦਾ, ਕਦੋਂ ਕਰਦਾ, ਰੱਬ ਦੇ ਮਨ ਵਿੱਚ ਕੀ ਹੈ, ਕੋਈ ਨਹੀਂ ਜਾਣਦਾ। ਐਵੇਂ ਜੋਤਸ਼ੀ ਸਾਨੂੰ ਝੂਠੇ ਚੱਕਰਾਂ 'ਚ ਪਾਉਂਦੇ। ਮਹਾਰਾਜ ਕਹਿੰਦੇ ਨੇ ਅੰਤ ਨਾ ਜਾਪੇ ਕਿਆ ਮਨ ਮੰਤ, ਰੱਬ ਦੇ ਮਨ ਵਿੱਚ ਕੀ ਮੰਤਰ ਹੈ ਕੋਈ ਨਹੀਂ ਜਾਣਦਾ, ਨਾ ਕੋਈ ਦੱਸ ਸਕਦਾ। ਇਸ ਲਈ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸਾਨੂੰ ਇੱਕ ਬੜਾ ਚੰਗਾ ਹੌਸਲਾ ਦਿੱਤਾ, ਪਰ ਅਸੀਂ ਕੇਵਲ ਪੜ੍ਹ ਛੱਡਦੇ ਹਾਂ, ਕਦੀ ਉਹਦੇ 'ਤੇ ਅਮਲ ਨਹੀਂ। ਮਹਾਰਾਜ ਕਹਿੰਦੇ ਨੇ ਚਿੰਤਾ ਤਾਂ ਕੀ ਕੀਜੀ ਹੈ ਜੋ ਅਨ ਹੋਣੀ ਹੋਈ। ਬੜੀ ਸੋਹਣੀ ਗੱਲ ਕਹੀ ਦੋ ਪੰਕਤੀਆਂ, ਵੀ ਚਿੰਤਾ ਤਾਂ ਉਸ ਗੱਲ ਦੀ ਕਰ ਜਿਹੜੀ ਅਨ ਹੋਣੀ ਹੋਵੇ, ਅਨ ਹੋਣੀ ਹੋ ਨਹੀਂ ਸਕਦੀ, ਹੋਣੀ ਟਲ ਨਹੀਂ ਸਕਦੀ, ਫਿਰ ਚਿੰਤਾ ਕਰ। ਐਵੇਂ ਜੋਤਸ਼ੀਆਂ ਨੂੰ ਹੱਥ ਦਿਖਾਉਂਦੇ ਫਿਰਦੇ, ਜੇ ਜੋਤਸ਼ੀ ਕਹਿੰਦਾ ਵੀ ਤੇਰਾ 2 ਸਾਲ ਬਾਅਦ ਆਹ ਤੈਨੂੰ ਮੁਸੀਬਤ ਆਉਣੀ ਹੈ, ਤੇ ਫਿਰ ਮਗਰੋਂ ਕਹਿੰਦਾ ਵੀ ਆਹ ਇਹਦਾ ਇਲਾਜ ਹੈ, ਇਹਦਾ ਮਤਲਬ ਉਹਨੇ ਹੋਣਾ ਹੀ ਨਹੀਂ। ਜੇ ਉਹ ਇਲਾਜ ਦੱਸਦਾ ਤੇ ਉਹ ਘਟਣਾ ਨਹੀਂ ਹੁੰਦੀ, ਇਹਦਾ ਮਤਲਬ ਹੈ ਉਹਨੇ ਜਿਹੜਾ ਪਹਿਲੀ ਗੱਲ ਆਖੀ ਸੀ ਉਹ ਝੂਠ ਹੈ। ਤੇ ਜੇ ਉਹ ਇਲਾਜ ਦੱਸਦਾ ਔਰ ਫਿਰ ਵੀ ਹੋ ਜਾਂਦੀ ਹੈ ਤੇ ਉਹਦੀ ਦੂਸਰੀ ਗੱਲ ਝੂਠ ਹੈ, ਉਹ ਤਾਂ ਝੂਠ ਹੀ ਬੋਲ ਰਿਹਾ, ਕਿਉਂਕਿ ਅਣਹੋਣੀ ਹੋ ਨਹੀਂ ਸਕਦੀ, ਹੋਣੀ ਟਲ ਨਹੀਂ ਸਕਦੀ। ਜੋ ਹੋਣਾ ਹੋ ਕੇ ਰਹਿਣਾ ਉਹਨੂੰ ਕੋਈ ਉਪਾਅ ਕਰਕੇ ਅਸੀਂ ਬਚ ਨਹੀਂ ਸਕਦੇ, ਜੋ ਨਹੀਂ ਹੋਣਾ ਉਹ ਹੋ ਨਹੀਂ ਸਕਦਾ, ਉਹਨੂੰ ਕੋਈ ਕਿੰਨਾ ਵੀ ਡਰਾਵਾ ਦੇ ਦੇਵੇ ਨਹੀਂ ਹੋ ਸਕਦਾ, ਉਹ ਹੋਣਾ ਹੀ ਨਹੀਂ। ਮਹਾਰਾਜ ਕਹਿੰਦੇ ਨੇ ਚਿੰਤਾ ਤਾਂ ਕੀ ਕੀਜੀਏ ਜੋ ਅਣਹੋਣੀ ਹੋਏ, ਜਦ ਅਣਹੋਣੀ ਹੋਣੀ ਨਹੀਂ ਤੇ ਹੋਣੀ ਟਲਣੀ ਨਹੀਂ ਤੇ ਤੂੰ ਚਿੰਤਾ ਕਾਹਦੀ ਕਰਦਾ, ਜੋ ਹੋਣਾ ਹੋ ਕੇ ਰਹਿਣਾ ਤੇ ਨਹੀਂ ਹੋਣਾ ਹੋ ਨਹੀਂ ਸਕਦਾ। ਦੋ ਪੰਕਤੀਆਂ 'ਚ ਮਹਾਰਾਜ ਨੇ ਜੀਵਨ ਦਾ ਬੜਾ ਵੱਡਾ ਸਾਰ ਦੱਸ ਦਿੱਤਾ, ਪਰ ਅਸੀਂ ਪੜ੍ਹ ਛੱਡਦੇ ਹਾਂ, ਮੱਥਾ ਟੇਕ ਛੱਡਦੇ ਹਾਂ, ਧੂਪ ਬੱਤੀ ਕਰ ਛੱਡਦੇ ਹਾਂ, ਹਾਰ ਚੜ੍ਹਾ ਦਿੰਦੇ ਹਾਂ ਗੁਰੂ ਗ੍ਰੰਥ ਸਾਹਿਬ, ਗੱਲ ਕੋਈ ਨਹੀਂ ਸੁਣ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਾਂ ਗੀਤਾ ਦੀ ਬਾਣੀ ਜਾਂ ਰਾਮਚਰਿਤ ਦੀ ਬਾਣੀ ਜਾਂ ਕੁਰਾਨ ਸ਼ਰੀਫ ਦੀ ਬਾਣੀ ਗਾਈਡੈਂਸ ਹੈ, ਇਸ ਗਾਈਡੈਂਸ ਨੂੰ ਜੀਵਨ ਵਿੱਚ ਉਤਾਰਨਾ, ਉਹ ਅਸੀਂ ਕਰਦੇ ਨਹੀਂ, ਪੜ੍ਹੀ ਜਾਂਦੇ ਲਾਉ ਉਤਾਰ। ਕਿਸੇ ਮਹਾਂਪੁਰਸ਼ ਨੇ ਤੋਤਾ ਪਾਲਿਆ ਤੇ ਉਹਨੂੰ ਸਿਖਾਉਣਾ ਸ਼ੁਰੂ ਕੀਤਾ, ਤੋਤਿਆ ਜੇ ਪਿੰਜਰਾ ਖੁੱਲ੍ਹਾ ਰਹਿ ਜਾਵੇ ਤੇ ਉੱਡੀ, ਕੁਝ ਦਿਨਾਂ ਬਾਅਦ ਤੋਤਾ ਬੋਲਣ ਲੱਗ ਪਿਆ, ਬੜਾ ਸਾਫ਼ ਬੋਲਣ ਲੱਗ ਪਿਆ। ਇੱਕ ਦਿਨ ਮਹਾਂਪੁਰਸ਼ ਦੇ ਮਨ ਵਿੱਚ ਆਇਆ ਵੀ ਦੇਖਾਂ ਇਹਦੇ ਮਨ 'ਤੇ ਕੋਈ ਅਸਰ ਵੀ ਹੈ ਜੋ ਬੋਲਦਾ। ਉਹਨੇ ਇੱਕ ਸ਼ਾਮ ਥੋੜ੍ਹਾ ਪਿੰਜਰੇ ਦਾ ਦਰਵਾਜ਼ਾ ਖੋਲ੍ਹ ਦਿੱਤਾ, ਜਿਸ ਤਰ੍ਹਾਂ ਇਹ ਦਰਵਾਜ਼ਾ ਖੁੱਲ੍ਹਿਆ ਤੋਤਾ ਫੁਰ ਕਰਕੇ ਉੱਡ ਗਿਆ ਅਤੇ ਨਾਲ ਅਸੀਂ ਜਾਂਦਾ ਤੋਤਿਆ ਜੇ ਪਿੰਜਰਾ ਖੁੱਲ੍ਹਾ ਰਹਿ ਜਾਵੇ। ਸਾਡੀ ਹਾਲਤ ਬਿਲਕੁਲ, ਰੋਜ਼ਾਨਾ ਅਸੀਂ ਭਜਨ ਬੰਦਗੀ ਕਰਦੇ ਹਾਂ ਜਿਹਦੇ ਵਿੱਚ ਅਸੀਂ ਕਹਿੰਦੇ ਹਾਂ ਆਹ ਕਰਨਾ ਆਹ ਨਹੀਂ ਕਰਨਾ, ਇਹੀ ਹੈ ਸਾਡੀ ਬਾਣੀ 'ਤੇ ਸਿਰਫ ਗਾਈਡੈਂਸ ਹੀ ਹੈ। ਵੀ ਹੱਕ ਪਰਾਇਆ ਨਾਨਕਾ ਉਸ ਸੂਰਜ ਗਾਏ, ਦੂਸਰੇ ਦਾ ਹੱਕ ਨਹੀਂ ਮਾਰਨਾ। ਸਵੇਰੇ ਉੱਠ ਕੇ ਪੜ੍ਹਦੇ ਹਾਂ ਤੇ ਸਾਰਾ ਦਿਨ ਦੂਸਰੇ ਦਾ ਹੱਕ ਮਾਰ, ਲਾਭ ਕੀ ਹੋਈ ਲਾਭ। ਬਾਣੀ ਗਾਈਡੈਂਸ ਹੈ, ਇਹਨੂੰ ਜੀਵਨ ਦਾ ਸਭ। ਹਰ ਕੀ ਵਡਿਆਈ ਦੇਖੋ ਸੰਤੋ, ਹਰ ਨਿਮਾਣਿਆ ਮਾਣ ਦਿਵਾਏ। ਸਾਨੂੰ ਮਾਣ ਕਾਹਦਾ ਹੈ ਵੀ ਮੇਰੇ ਕੋਲ ਕਾਰਾਂ ਹੈ, ਮੇਰੇ ਕੋਲ ਕੋਠੀਆਂ, ਮੇਰੇ ਕੋਲ ਧੰਨ ਦੌਲਤ ਹੈ,
ਮੇਰੇ ਕੋਲ ਸਿਆਣਪ ਹੈ, ਮੇਰੇ ਕੋਲ ਮਾਣ ਹੈ, ਮੈਂ ਸੁੰਦਰ ਬਹੁਤ ਹਾਂ, ਮੈਂ ਤਾਕਤਵਰ ਬਹੁਤ ਹਾਂ, ਮੇਰੇ ਚਾਰ ਭਰਾ ਮੇਰੇ ਨਾਲ ਤੁਰਦੇ, ਇਹੀ ਮਾਣ। ਪਰ ਭੁੱਲ ਗਏ ਇਹ ਸਭ ਕੁਝ ਰੱਬ ਨੇ ਦਿੱਤਾ, ਤੇਰਾ ਨਹੀਂ ਹੈ, ਸਾਡਾ ਕਮਾਇਆ ਨਹੀਂ ਹੈ, ਲੇਖਾ ਤੈਨੂੰ। ਹਰ ਕੀ ਵਡਿਆਈ ਦੇਖੋ ਸੰਤੋ, ਹਰ ਨਿਮਾਣਿਆ ਮਾਣ ਦਿਵਾਈ। ਉਹ ਨਿਮਾਣਿਆਂ ਨੂੰ ਮਾਣ ਦਿੰਦਾ ਹੈ, ਸਾਡੇ ਕੋਲ ਜੋ ਕੁਝ ਹੈ ਉਹਦਾ ਦਿੰਦਾ ਹੈ। ਮਹਾਰਾਜ ਕਹਿੰਦੇ ਤੁਮ ਦੇਵੋ ਸਭ ਕੁਛ ਦਇਆ ਧਾਰ, ਭੁਲੇਖਾ ਸਾਨੂੰ ਵੀ ਇਹ ਕੋਠੀਆਂ ਅਸੀਂ ਬਣਾਈਆਂ, ਵੱਡਾ ਭੁਲੇਖਾ ਸਾਨੂੰ, ਭੁਲੇਖਾ ਅਸੀਂ ਪਰਿਵਾਰ ਪਾਲਦੇ, ਵੱਡਾ ਭੁਲੇਖਾ ਪਾਲਣ ਹਾਰ ਤੁਮ ਦਾਤੇ ਠਾਕੁਰ ਕਰ ਤਲ ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਰਤ ਪਾਲੋ, ਤੂੰ ਪਾਲਦਾ ਹੈ। ਐਵੇਂ ਅਸੀਂ ਆਪਣੇ ਬਾਹਾਂ ਮਾਰਦੇ ਹਾਂ ਵੀ ਮੈਂ ਆਪਣਾ ਪਰਿਵਾਰ ਪਾਲਦਾ, ਲਿਖਿਆ ਸਾਨੂੰ ਨਿਮਖ ਨਿਮਖ ਤੁਮ ਹੀ ਪ੍ਰਤ ਪਾਲੋ, ਹਮ ਬਾਰਕ ਤੁਮਰੇ ਧਾਰੇ, ਜੇਵਾ ਏਕ ਕਵਨ ਗੁਣ ਕਹੀਏ, ਰੱਬਾ ਜੀਵ ਮੇਰੀ ਇੱਕ, ਤੇਰੇ ਗੁਣ ਬੇਅੰਤ ਕਿੰਨੇ ਕਾਖਾਂ। ਜੋ ਅੱਜ ਰਾਮਦਾਸ ਖਰਚਾ ਕਹਿ ਰਹੇ ਕਿ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਨੇ ਜਗਾਨਾ, ਤੂੰ ਤਾਂ ਗੁਣਾਂ ਦਾ ਖਜ਼ਾਨਾ, ਤੁਮਰੀ ਮਹਿਮਾ ਵਰਨ ਨਾ ਸਾਖੋ, ਤੇਰੀ ਮਹਿਮਾ ਦੱਸ ਨਹੀਂ ਸਕਦਾ, ਕਹਿ ਨਹੀਂ ਸਕਦਾ, ਠਾਕੁਰ ਊਚ ਭਗਵਾਨਾ, ਹਾਇਰ ਦੈਨ ਹਾਈਐਸਟ ਹੈ, ਮੇਰੀ ਸੋਚ ਤੋਂ ਪਰੇ ਹੈ ਪ੍ਰਭੂ, ਮੈਂ ਤੇਰੇ ਗੁਣ। ਹਰ ਕੀ ਵਡਿਆਈ ਦੇਖੋ ਸੰਤੋ, ਹਰ ਨਿਮਾਣਿਆ ਮਾਣ ਦਿਵਾਏ। ਰੋਜ਼ਾਨਾ ਦੇਖਦੇ ਹਾਂ ਕਰੋੜਾਪਤੀ ਜ਼ਮੀਨ 'ਤੇ ਆ ਜਾਂਦੇ, ਇੱਕ ਛੋਟੀ ਜਿਹੀ ਨੌਕਰੀ ਕਰਨ ਵਾਲਾ ਕਰੋੜਾਪਤੀ ਹੋ। ਹਰ ਕੀ ਗੱਤ ਨੇ ਕੋ ਜਾਣਾ, ਜੋਗੀ ਜਦੀ ਤਪੀ ਪਚ ਹਾਰੇ, ਹਰ ਬਹੁ ਲੋਕ ਸਿਆਣੇ। ਰੱਬ ਦੀ ਹਾਲਤ ਕੋਈ ਬਿਆਨ ਨਹੀਂ ਕਰ ਸਕਦਾ, ਰੱਬ ਦਾ ਸਿਸਟਮ ਕੋਈ ਸਮਝ ਨਹੀਂ ਸਕਦਾ, ਸਮਝਾ ਨਹੀਂ ਸਕਦਾ, ਐਕਸਪਲੇਨ ਨਹੀਂ ਕਰ ਸਕਦਾ। ਜਿਹੜਾ ਕਰਦਾ ਮੂਰਖ ਹੈ, ਔਰ ਅਸੀਂ ਵੱਡੇ ਮੂਰਖ। ਆ ਰੱਬ ਨੇ ਕੀ ਕਰ ਦਿੱਤਾ, ਹੂ ਆਰ ਵੀ ਟੂ ਡਿਸਾਈਡ। ਅਸੀਂ ਰੱਬ ਦੇ ਸਿਸਟਮ ਦੇ ਉੱਤੇ ਆਪਣੇ ਡਿਸੀਜ਼ਨ ਦੇਣ ਲੱਗ ਪਏ ਵੀ ਰੱਬ ਨੇ ਆ ਚੰਗਾ ਨਹੀਂ ਕੀਤਾ। ਪਹਿਲੋਂ 10 ਸਾਲ ਪੁੱਤਰ ਨਹੀਂ ਦਿੱਤਾ, ਦਿੱਤਾ ਤੇ 20 ਸਾਲਾਂ ਦਾ ਹੋਇਆ ਤੇ ਮਾਰ ਦਿੱਤਾ, ਰੱਬ ਨੇ ਤੇ ਅਨਿਆ ਕਰ, ਸਾਨੂੰ ਸੂਟ ਨਹੀਂ ਕਰ। ਸਿਸਟਮ ਰੱਬ ਦਾ ਏਡਾ ਵੱਡਾ ਸਾਡੀ ਸਮਝ ਤੋਂ ਪਰੇ। ਹਰ ਕੀ ਵਡਿਆਈ ਦੇਖੋ ਸੰਤੋ, ਮਹਾਰਾਜ ਕਹਿੰਦੇ ਕਿ ਉਹਦੀ ਵਡਿਆਈ ਕੈਸੀ ਹੈ। ਖਿਨਮੈ ਰਾਉ ਰੰਕ ਕੋ ਕਰਈ, ਰਾਉ ਰੰਕ ਕਰ ਡਾ। ਰਾਓ ਕਹਿੰਦੇ ਨੇ ਰਾਜਾ ਨੂੰ, ਰੰਕ ਕਹਿੰਦੇ ਨੇ ਕੰਗਾਲ। ਖਿਨਮੈ ਇੱਕ ਪਲ ਵਿੱਚ ਰਾਉ ਰੰਕ ਕੋ ਕਰਈ, ਜਿਹੜਾ ਕੰਗਾਲ ਹੈ ਉਹਨੂੰ ਰਾਜਾ ਬਣਾ ਦਿੰਦਾ, ਰਾਉ ਰੰਕ ਕਰ ਡਾਰ ਹੈ ਤੇ ਜਿਹੜਾ ਰਾਜਾ ਉਹਨੂੰ ਕੰਗਾਲ ਬਣਾ। ਰੀਤੇ ਭਰੇ ਭਰੇ ਸੱਖਣਾ, ਰੀਤੇ ਕਹਿੰਦੇ ਨੇ ਖਾਲੀ, ਜਿਹੜੇ ਖਾਲੀ ਉਹ ਭਰ ਦਿੰਦਾ, ਜਿਹੜੇ ਭਰੇ ਖਾਲੀ ਕਰ ਦਿੰਦਾ। ਯੇ ਤਾਂ ਕੋ ਵਿਵਹਾਰੇ, ਵਿਵਹਾਰੇ ਕਹਿੰਦੇ ਨੇ ਉਹਦਾ ਵਿਹਾਰ ਹੈ, ਰੁਟੀਨ ਹੈ, ਉਹਦੇ ਵਾਸਤੇ ਰੁਟੀਨ ਗੱਲ ਹੈ ਕਿ ਕਿਸੇ ਕੰਗਾਲ ਨੂੰ ਕਰੋੜਪਤੀ ਅਤੇ ਕਰੋੜਪਤੀ ਨੂੰ ਕੰਗਾਲ ਕਰਨਾ ਉਹਦੇ ਵਾਸਤੇ ਇੱਕ ਰੁਟੀਨ ਗੱਲ ਹੈ, ਸਾਡੇ ਵਾਸਤੇ ਬਹੁਤ ਵੱਡੀ ਹੋ ਸਕਦੀ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਪਰਮਾਤਮਾ ਦੇ ਗੁਣ ਗਾ ਰਹੇ, ਗੁਣ ਗਾਇਆ ਹੋਵੇ ਦੀ ਮੈਲ ਕਰੀ, ਗੁਣ ਗਾਵਤ ਤੇਰੀ ਤਰਸ ਮੈਲ, ਬਿਨ ਸਜਾਏ ਹੋਮੇ ਇਹ ਹੋਮੇ ਨਾਸ। ਮਹਾਰਾਜ ਕਹਿੰਦੇ ਨੇ ਜਿਹਦੀ ਹੋਮੇ ਨਾਸ ਹੁੰਦਾ ਉਹਨੂੰ ਰੱਬ ਦਿੰਦਾ, ਹੋਮੇ ਜਾਈ ਤਾਂ ਕੰਤ ਸਮਾਈ। ਸੁਣੋ ਸਹੇਰੀ ਮਿਲਨ ਬਾਤ ਕਹੋ, ਇੱਕ ਜੀਵ ਆਤਮਾ ਦੂਸਰੀ ਨੂੰ ਕਹਿੰਦੀ ਹੈ, ਜਿਹੜੀ ਮਿਲ ਗਈ ਹੈ ਨਾ ਰੱਬ ਨੂੰ, ਉਹ ਦੂਸਰੀ ਆਪਣੀ ਸਹੇਲੀ ਨੂੰ ਸਮਝਾਉਂਦੀ, ਕਹਿੰਦੀ ਮੈਂ ਤੈਨੂੰ ਰੱਬ ਦੇ ਮਿਲਾਪ ਦੀ ਇੱਕ ਗੱਲ ਦੱਸਾਂ। ਸੁਣੋ ਸਹੇਰੀ ਮਿਲਣ ਬਾਤ ਕਹੋ, ਸਗਰੋ ਅਹਮ ਮਿਟਾਵੋ ਤੋ ਘਰ ਹੀ ਲਾਲਨ ਪਾਵੋ। ਬਹੁਤਾ ਲੰਬਾ ਚੌੜਾ ਕੰਮ ਨਹੀਂ ਹੈ ਰੱਬ ਦੇ ਮਿਲਾਪ ਦਾ, ਐਵੇਂ ਔਖਾ ਹੁੰਦਾ ਮੇਰੇ ਵੀ ਉੱਥੇ ਤੀਰਥਾਂ 'ਤੇ ਜਾ, ਯੋਗ ਕਰ, ਪੁੰਨ ਦਾਨ ਕਰ, ਪਾਠ ਪੂਜਾ ਕਰ, ਨਾ ਆਪਣੀ ਹੋਮੇ ਮਿਟਾ ਤੋ ਘਰ ਹੀ ਲਾਲਨ ਪਾਵੋ। ਰੱਬ ਤਾਂ ਤੇਰੇ ਅੰਦਰ ਹੈ, ਸ਼ੌ ਨੇੜੇ ਤਨ ਕਮਲੀਏ, ਉਹ ਕਮਲੀ ਉਹ ਪਗਲੀ ਔਰਤ ਉਹ ਜੀਵਾਤਮਾ ਪਗਲੀ, ਸ਼ੌ ਨੇੜੇ ਤੇਰਾ ਸ਼ੌ ਜਿਹੜਾ ਪਤੀ ਪਰਮੇਸ਼ਰ ਹੈ ਉਹ ਤਾਂ ਤੇਰੇ
ਅੱਗੇ ਸ਼ੌ ਨੇੜੇ ਤਨ ਕਮਲੀਏ ਬਾਹਰ ਕਿਆ ਢੂੰਡੇ, ਉਹ ਤਾਂ ਤੇਰੇ ਅੰਦਰ ਬੈਠਾ ਹੈ, ਕਿੱਧਰ ਲੱਭਦੀ ਫਿਰਦੀ ਹੈ। ਇਹ ਕਮਲੀ ਆਤਮਾ ਗੁਰੂ ਰੱਬ ਦੇ ਗੁਣ ਗਾਇਆ ਕਰ। ਹਰ ਕੀ ਵਡਿਆਈ ਦੇਖੋ ਸੰਤੋ, ਹਰ ਮਾਣਿਆ ਮਾਣ ਦਿਵਾਏ, ਜਿਉਂ ਧਰਤੀ ਚਰਨ ਤਲੇ ਤੇ ਉੱਪਰ ਆਵੇ। ਕਿਉਂ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ। ਮਹਾਰਾਜ ਕਹਿੰਦੇ ਨੇ ਸਾਰੀ ਉਮਰ ਜਦੋਂ ਬੰਦਾ ਜੀਂਦਾ ਧਰਤੀ ਦੇ ਉੱਤੇ ਰਹਿੰਦਾ, ਅਤੇ ਜਿੱਦਣ ਸਵਾਸ ਛੱਡਦਾ ਨਾ, ਇਹ ਧਰਤੀ ਇਹਦੇ ਉੱਤੇ ਤਿਆਰ, ਇਹ ਧਰਤੀ ਵਿੱਚ ਸਮਾ, ਭਾਵੇਂ ਇਹਨੂੰ ਸਾੜੋ ਅਤੇ ਭਾਵੇਂ ਦੱਬੋ, ਧਰਤੀ ਇਹਦੇ ਉੱਤੇ। ਮਨੁੱਖ ਦਾ ਹੰਕਾਰ ਟੁੱਟਦਾ, ਸਮਝਦਾ ਹੀ ਨਹੀਂ ਮਨੁੱਖ, ਸਭ ਕੁਝ ਰੋਜ਼ ਸਾਹਮਣੇ ਦੇ ਖਰੀਦਾ, ਕਿੱਥੇ ਪੈਂਦੇ ਮਾਪਿਓ ਜਿੰਨੀ ਪੂਜਣੀ ਹੋਣੀ। ਸ਼ੇਖ ਫਰੀਦ ਜੀ ਸਵਾਲ ਕਰਦੇ ਇਨਸਾਨ ਕਿ ਕਿੱਥੇ ਦੇ ਤੇਰੇ ਮਾਂ ਪਿਓ ਜਿਨ੍ਹਾਂ ਨੇ ਤੈਨੂੰ ਪੈਦਾ ਕੀਤਾ ਸੀ, ਕਿੱਥੇ ਤੈਂਡੇ ਮਾਪਿਓ ਜਿੰਨੀ ਤੂੰ ਜਣਿਆ ਹੋਏ, ਉਹ ਤੈਂ ਪਾਸੋਂ ਲੱਗ ਗਏ, ਤੇਰੇ ਸਾਹਮਣੇ ਚਲੇ ਗਏ, ਤੂੰ ਅਜੇ ਨਾ ਪੁੱਟੀ ਨਹੀਂ ਹੋਈ, ਤੈਨੂੰ ਅਜੇ ਵੀ ਸਮਝ ਨਹੀਂ ਆਈ। ਕਹਿੰਦਾ ਨਹੀਂ, ਉਹ ਚਲੇ ਗਏ, ਮੈਂ ਨਹੀਂ ਜਾਣਾ। ਉਹ ਮੇਰਾ ਚਾਚਾ ਮਰ ਗਿਆ, ਉਹ ਸ਼ਰਾਬ ਪੀਂਦਾ ਸੀ ਇਸ ਲਈ ਮਰ ਗਿਆ, ਮੈਂ ਨਹੀਂ ਜਾਣਾ। ਮੇਰੀ ਭੂਆ ਮਰ ਗਈ, ਉਹਨੂੰ ਕੈਂਸਰ ਸੀ, ਮੈਂ ਨਹੀਂ। ਮਹਾਰਾਜ ਕਹਿੰਦੇ ਇਹ ਤਾਂ ਆਪਣੀ ਆਪਣੀ ਵਾਰੀ ਹੈ, ਸਾਰਿਆਂ ਨਹੀਂ ਜਾਣਾ। ਰਾਣਾ ਰਾਓ ਨਾ ਕੋਰ ਹੈ ਰੰਗ ਨਾ ਤੂੰ ਫਕੀਰ, ਵਾਰੀ ਆਪੋ ਆਪਣੀ ਹੋਏ ਨਾ ਬੰਦੇ ਧੀਰ। ਜਦੋਂ ਵਾਰੀ ਆ ਗਈ ਨਾ, ਇੱਕ ਪਲ ਨਹੀਂ, ਉਸੇ ਵੇਲੇ ਜਾਣਾ। ਮਹਾਰਾਜ ਕਹਿੰਦੇ ਹਰ ਕੀ ਵਡਿਆਈ ਦੇਖੋ ਸੰਤੋ, ਹਰ ਨਿਮਾਣਿਆ ਮਾਣ ਨਿਵਾਏ ਨਿਵਾਏ, ਜਿਉਂ ਧਰਤੀ ਚਰਨ ਤਲੇ ਤੇ ਉੱਪਰ ਆਵੇ, ਕਿਉਂ ਨਾਨਕ ਸਾਧ ਜਗਤ ਸਭ ਆਮ ਹੈ। ਜਿਹੜੇ ਗੁਰਮੁਖ ਜਨਾਨਾ ਉਹ ਭਾਵੇਂ ਛੋਟੇ ਹੀ ਹੋਣ, ਛੋਟੀ ਬਰਾਦਰੀ ਦੇ ਹੋਣ, ਛੋਟੀ ਜਾਤੀ ਦੇ ਹੋਣ, ਗਰੀਬ ਹੋਣ, ਪਰ ਸਾਰਾ ਜਗਤ ਉਹਨਾਂ ਦੇ ਪੈਰੀ ਆ। ਗੁਰੂ ਪੰਚਮ ਪਾਤਸ਼ਾਹ ਭਗਤ ਧੰਨੇ ਜੱਟ ਦੀ ਬਾਣੀ ਰਵਦਾਸ ਧਵੰਤਾ ਢੋਰ ਨੀ ਇਨ ਤਿਆਗੀ ਮਾਇਆ, ਹਿਰਦੇ ਵਸਿਆ ਆਗਰਮ ਇਨ ਦਰਸ਼ਨ। ਗੁਣਨਾ ਤਨਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ, ਕਬੀਰ ਦੀ ਰੱਬ ਦੇ ਨਾਲ, ਉਹਦੇ ਸ਼ਬਦ ਦੇ ਨਾਲ, ਉਹਦੇ ਚਰਨਾਂ ਦੇ ਨਾਲ ਪਿਆਰ ਪੈ। ਨੀਚ ਪੁਲਾ ਜੁਲਾਹਰਾ ਹਯੋ ਗੁਣੀ ਗਹੀਰਾ, ਨੀਚ ਭੁੱਲਦਾ ਸੀ, ਨੀਵੀਂ ਜਾਤੀ ਦਾ ਗਿਣਿਆ ਜਾਂਦਾ ਸੀ, ਜੁਲਾ ਗੁਣਾਂ ਦਾ ਖਜ਼ਾਨਾ। ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ, ਆਡ ਦਮ ਪੋਛੀ ਪਰੋ ਹੋਇਓ ਲਾਖੀਨਾ, ਅੱਧੀ ਕੌਡੀ ਮੁੱਲ ਨਹੀਂ ਸੀ ਵਿਚਾਰੇ ਨਾਮ ਦੇਵ ਦਾ, ਸ਼ੀਬੇ ਜਾਤੀ ਦਾ, ਛੋਟੀ ਜਾਤੀ, ਕਰੋੜਾਂ ਦਾ ਹੋ, ਸਾਰਾ ਜਗਤ ਉਹਦੇ ਚਰਨਾਂ ਚ ਆ ਕੇ ਨਮਸਕਾਰ ਕਰਦਾ। ਅੱਜ ਤੱਕ ਆਪਾਂ ਮਤਾ ਜਿੱਤਦੇ, ਬਰਾਬਰ ਦਾ ਕੋਲ ਸਨਮਾਨ ਦਿੱਤਾ ਗੁਰਬਾਣੀ ਨੇ, ਭਗਤ ਨਾਮਦੇਵ ਦੀ ਬਾਣੀ, ਗੁਰੂ ਨਾਨਕ ਪਾਤਸ਼ਾਹ ਨੇ ਬਰਾਬਰ ਦਾ ਦਰਜਾ ਦਿੱਤਾ। ਰੋਜ਼ਾਨਾ ਆਪਾਂ ਮਤਾ ਜਿੱਤਦੇ ਹਾਂ ਭਗਤ ਨਾਮ, ਆਡ ਦਮ ਕੋ ਛਿਪਰ ਅੱਧੀ ਕੌਡੀ ਮੁੱਲ ਨਹੀਂ ਸੀ ਵਿਚਾਰੇ ਦਾ, ਹੋਇਓ ਲਾਖੀ ਨਾ ਲੱਖਾਂ ਦਾ ਹੋ। ਮਹਾਰਾਜ ਬਖਸ਼ਿਸ਼ ਕਰਦੇ, ਇਹ ਹੈ ਭਾਈ ਤੂੰ ਆਪਣੇ ਹੋਮੇ ਨਿਹਾਲ, ਉਹਦੇ ਗੁਣ ਗਾਇਆ ਕਰ, ਗੁਣ ਗਾਇਆ ਤੇਰੀ ਹੋਮੇ ਦੂਰ ਹੋ ਜਾਏਗੀ, ਤੇਰਾ ਮਨ ਨਿਰਮਲ ਹੋ ਜਾਏਗਾ, ਅਤੇ ਨਿਰਮਲ ਮਨ ਪਰਮਾਤਮਾ ਵਿੱਚ ਲੀਨ ਹੋ ਜਾਏਗਾ, ਰੱਬ ਨਾਲ ਤੇਰਾ ਮਿਲਾਪ ਹੋ ਜਾਏਗਾ, ਜੀਵਨ ਦਾ ਮਨੋਰਥ ਤੈਨੂੰ ਮਿਲ ਜਾਏਗਾ। ਬਾਕੀ ਜੋ ਕੁਝ ਤੂੰ ਇਕੱਠਾ ਕਰ ਰਿਹਾ ਨਾ, ਇਹ ਤੇਰੇ ਜੀਵਨ ਦਾ ਮਨੋਰਥ ਨਹੀਂ ਹੈ, ਇਹ ਤਾਂ ਸਿਰਫ ਜੀਵਨ ਚਲਾਉਣ ਵਾਸਤੇ ਹੈ, ਐਵੇਂ ਨਾ ਇਕੱਠਾ ਕਰੀ।
ਜਿਹਦੇ ਨਾਲ ਤੇਰਾ ਜੀਵਨ ਸੌਖਾ ਤੁਰਦਾ ਨਾ, ਬਸ ਉਹ ਤੋਰੀ ਦਾ ਅਸਲੀ ਕੰਮ ਕੀ ਆ, ਉਹਦੇ ਗੁਣ ਗਾਇਆ ਕਰ, ਅਤੇ ਗੁਣ ਗਾਉਣੇ ਨੇ ਮਨ ਕਰਕੇ। ਜੋ ਗੁਣ ਰੱਬ ਦਾ ਯਾਦ ਸਮਝ ਆ ਜਾਏ ਨਾ, ਉਹਨੂੰ ਫਿਰ ਅਡੋਪਟ ਕਰਨਾ ਜੀਵਨ। ਜੇ ਅਸੀਂ ਕਹਿੰਦੇ ਹਾਂ ਰੱਬ ਤੂੰ ਅੰਤਰਜਾਮੀ ਹੈ, ਇਹ ਸਾਰਾ ਦਿਨ ਉਹਨੂੰ ਅੰਤਰਜਾਮੀ ਮੰਨ ਕੇ ਚੱਲੀਏ, ਜੋ ਸਾਡੇ ਸਾਰੇ ਅਗਨ ਦੇਖ ਰਿਹਾ। ਗੁਰ ਮੇਰੇ ਸੰਗ ਸਦਾ ਹੈ ਨਾਤੇ, ਇਹ ਤੋਂ ਪੜਿਆ ਗੱਲ ਨਹੀਂ ਬਣਨੀ, ਇਹਨੂੰ ਅਡੋਪਟ ਕਰਨਾ ਪੈਣਾ ਕਿ ਗੁਰੂ ਮੇਰੇ, ਰੱਬ ਮੇਰੇ ਹਰ ਵੇਲੇ ਨਾਲ ਹੈ। ਜਦੋਂ ਲੋੜ ਪੈਂਦੀ ਹੈ ਨਾ, ਉਦੋਂ ਕਹਿੰਦੇ ਗੁਰੂ ਮੇਰੇ ਸੰਗ ਸਦਾ ਹੈ। ਜਦੋਂ ਕਿਤੇ ਫਸੇ ਹੋਈਏ, ਵੈਸੇ ਕਦੀ ਯਾਦ ਨਹੀਂ ਹੋ, ਵੈਸੇ ਕਦੇ ਮੰਨਿਆ ਵੀ ਨਹੀਂ, ਦਰਵਾਜ਼ਾ ਬੰਦ ਕੀਤਾ, ਭੈੜੇ ਕੰਮ ਕਰ ਲਈ, ਚੋਰੀ ਕਰ ਲਈ, ਦੂਸਰੇ ਦਾ ਹੱਕ ਮਾਰ ਲਿਆ, ਇਹਦਾ ਮੇਰੀ ਕਰ ਲਈ, ਉਦੋਂ ਜਾਪਦਾ ਹੀ ਨਹੀਂ ਰੱਬ ਅੰਤਰਜਾਮੀ ਹੈ, ਉਦੋਂ ਜਾਪਦਾ ਹੀ ਨਹੀਂ ਗੁਰ ਮੇਰੇ ਸੰਗ ਸਦਾ ਹੈ ਨਾਲੇ, ਉਦੋਂ ਕਹਿੰਦਾ ਮੈਂ ਪੜਦਾ ਕਰਕੇ ਕਰ ਲਈ। ਰੱਬ ਦੇ ਗੁਣ ਮਨ ਕਰਕੇ ਹੋਣੇ, ਮਨ ਕਰ ਕਬੂ ਨਾ ਹਰ ਗੁਣ ਗਾਏ, ਗਾਇਓ ਵਿਖਿਆ ਸਕਤ ਰਹੋ ਨਿਸਵਾਸਰ ਕੀਨੋ। ਜੇ ਮਨ ਕਰਕੇ ਗੁਣ ਨਹੀਂ ਗਾਏਗਾ ਤਾਂ ਫਿਰ ਆਪਣੇ ਕੀਤੇ ਕੰਮਾਂ ਦਾ ਫਲ ਭੋਗਣਾ ਪਏਗਾ। ਔਰ ਜਿਤਨਾ ਸਮਾਂ ਬਚਿਆ ਉਹਦੇ ਗੁਣਾਂ ਨੂੰ ਮਨ ਕਰਕੇ ਦ੍ਰਿੜ ਕਰ ਲਈਏ, ਤਾਂ ਫਿਰ ਸਾਰਾ ਦਿਨ 24 ਘੰਟੇ ਉਹਨਾਂ ਗੁਣਾਂ ਦੀ ਸਾਂਝ ਬਣਾਈ ਰੱਖੀਏ, ਤਾਂ ਕਿ ਅਸੀਂ ਮਾੜੇ ਕਰਮਾਂ ਤੋਂ ਬਚੇ। ਇਹ ਤਾਂ ਹੀ ਬਚਾਂਗੇ ਜਦੋਂ ਰੱਬ ਦੇ ਗੁਣ ਹਰ ਵੇਲੇ ਸਾਡੇ ਜ਼ਿਹਨ ਵਿੱਚ ਹੋਣ, ਅੰਤਰ ਆਤਮੇ ਹੋਣਗੇ, ਉਦੋਂ ਅਵਗੁਣਾਂ ਤੋਂ ਬਚਿਆ ਜਾ ਸਕਦਾ ਹੈ। ਹੋਰ ਕੋਈ ਤਰੀਕਾ ਬਣ ਸੋ
अजे तक साडा आसरा भरोसा अपने माता पिता से अपने साथ सहन रिश्तेदार अपने धन दौलत से अपनी सियाणप से अपनी ताकत से अपनी चतुराई से अपने ज्ञान से अपनी जान पछाण के उत्ते बढ़िया। महाराज कहते ने सारी जगत में झूठी देखी अपने सुख स्यों ही सब लागे रोजाना दे जदों तक पुत्र नूं पिता दी लोड़ है जदों तक फीस देनी है जदों तक उन्हें खर्चा लेना उदों तक ते पुत्र दे पिता दे अगे पिछे लगता है जिदन अपने आप कमाउण लग पैंदा ना उदों पूरी होनी शुरू हो फिर जदों होर सियाणा हो जांदा विआह हो जांदा अपने बच्चे हो जांदे फिर प्यो नूं कहिंदा पिता जी तुहानूं ना ਨਵੇਂ ਜ਼ਮਾਨੇ ਦਾ ਕੁਝ ਨਹੀਂ ਤੁਸੀਂ ਵਿੱਚ ਨਾ ਬੋਲਿਆ ਉਹ ਹੋਈ ਫਿਰ ਜਦੋਂ ਪਿਓ ਬਹੁਤਾ ਬਿਮਾਰ ਹੋ ਜਾਂਦਾ ਫਿਰ ਕਹਿੰਦਾ ਵੀ ਹੁਣ ਤਾਂ ਤੁਸੀਂ ਐਵੇਂ ਆਪਣੇ ਟਾਈਮ ਖਰਾਬ ਕਰ ਲਓ ਜਿਹੜਾ ਵੀ ਜਾਣ ਲੋੜ ਹੁਣ ਪਿਤਾ ਦੀ ਲੋੜ ਸਾਰੇ ਸਾਥ ਸਾਰੇ ਰਿਸ਼ਤੇਦਾਰ ਸਾਰੇ ਰਿਲੇਸ਼ਨ ਮਹਾਰਾਜ ਕਹਿੰਦੇ ਨੇ ਝੂਠੇ ਇਹ ਸੰਸਾਰੇ ਕੇ ਕੁਟੁੰਬ ਇਹ ਸੰਸਾਰੇ ਕੇ ਮੀਤ ਕੁਟੁੰਬ ਦਿਸੈ ਭਾਈ ਮਨ ਮੇਰੇ ਇਹ ਸਭ ਆਪਣੇ ਸਵਾਏ ਬਲਾਸਾ ਸਾਰੇ ਆਪਣੇ ਆਪਣੇ ਸਵਾਰਥ ਨੂੰ ਕੌਮ ਨੂੰ ਇੱਕ ਦੂਸਰੇ ਨਾਲ ਜਿੱਤ ਦਿਨ ਇਨਕਾ ਸੁਆਉ ਪੂਰਾ ਹੋਏ ਨਾ ਆਵੇ ਇੱਕ ਦਿਨ ਤੇਰੇ ਨੇੜੇ ਹੋਏ ਨਾ ਆਸਾ ਕੋਈ ਨਹੀਂ ਲੱਗੇ ਕਹਿੰਦੇ ਜੀ ਹੁਣ ਮੈਂ ਕੀ ਜਗਤ ਮੈਂ ਜੁੱਤੀ ਦੇਖੀ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਸੰਗ ਸਖਾ ਸਭ ਤਨ ਸਭ ਕੋ ਨਾ ਨਿਭਿਓ ਸਾਥ ਕਿਸੇ ਨੇ ਸਾਥ ਨਹੀਂ ਦੇਣਾ ਕਹ ਨਾਨਕ ਇਹ ਵਿਅਕਤ ਮੈਂ ਏਕ ਏਕ ਰਘੁਨਾਥ ਉਹ ਜਿਹੜਾ ਰਘੁਨਾਥ ਹੈ ਨਾ ਸਾਰੀ ਦੁਨੀਆਂ ਦਾ ਮਾਲਕ ਸਵਾਮੀ ਉਹਦਾ ਆਸਰਾ ਇਸ ਲਈ ਮਹਾਰਾਜ ਕਹਿੰਦੇ ਨੇ ਜਿਉਂ ਭਾਵ ਹੈ ਤਿਉਂ ਰਾਤ ਸਾਹਿਬ ਇਹ ਭਰੋਸਾ ਬਣਾਈਏ ਸਭੋ ਭੱਜੇ ਆਸਰਾ ਚੁੱਕੇ ਸਭ ਅਸਰਾਓ ਚਿੱਤ ਆਵੇ ਉਸ ਪਾਰ ਗਮ ਲੱਗੇ ਨਾ ਤੱਕੇ ਇਹ ਸਾਰੇ ਆਸਰੇ ਟੁੱਟਣ ਇਹ ਟੁੱਟਦੇ ਹੀ ਸਾਨੂੰ ਭਰੋਸਾ ਦੇਣੀ ਉਹ ਮੇਰਾ ਸਾਥ ਦੇਗਾ ਕੋਈ ਨਹੀਂ ਸਾਥ ਸਭ ਆਪਣੇ ਸਵਾਰਥ ਕਰਦੇ ਹਾਂ ਅਸੀਂ ਵੀ ਸਾਰਿਆਂ ਨਾਲ ਸਵਾਰਥ ਕਰਕੇ ਜੁੜੇ ਹਾਂ ਜਿੱਦਣ ਸਾਡਾ ਸਵਾਰਥ ਪੂਰਾ ਹੋ ਜਾਂਦਾ ਅਸੀਂ ਵੀ ਕਿਸੇ ਦੀ ਪਰਵਾਹ ਜਗਤ ਨੇ ਜੁੱਤੀ ਦੇਖੀ ਸਾਰੇ ਜਗਤ ਦੀ ਇਹ ਪ੍ਰੀਤ ਝੂਠੀ ਹੈ ਪਿਆਰ ਹੈ ਅਸਲੀ ਪਿਆਰ ਨਹੀਂ ਇਸ ਲਈ ਇਹ ਦ੍ਰਿੜਤਾ ਆ ਗਿਆ ਮੈਂ ਕੁਝ ਦਿਨ ਅਵਰ ਨਾ ਹੋਈ ਇਹ ਕੇਵਲ ਕਹਿਣਾ ਨਹੀਂ ਹੈ ਵਿਸ਼ਵਾਸ ਬਣਾਉਣਾ ਹੈ ਮਨ ਨੇ ਵੀ ਅਡਾਪਟ ਕਰਨਾ ਮੈਂ ਕੁਝ ਦਿਨ ਅਵਰ ਨਾ ਤੇਰੇ ਆਨੰਦ
Sahib Guni, O Sahib.
ਵੈਸੇ ਜੋ ਆਪਾਂ ਕੀਤਾ ਇਹ ਘੰਟਾ ਸਵਾ ਘੰਟਾ ਇਹ ਸਿਮਰਨ ਭੈਣ ਜੀ ਦੀ ਇੱਛਾ ਸੀ 5 ਮਿੰਟ ਵਾਸਤੇ ਪੂਰੀ ਉਸ ਆਓ ਪੂਰੇ ਗੁਣਾਂ ਨੂੰ ਸਾਹਮਣੇ ਰੱਖ ਕੇ ਫਿਰ ਉਹਦਾ ਸਿਮਰਨ ਕਿਉਂਕਿ ਸਿਮਰਨ ਗੁਣਾਂ ਦੀ ਸਾਂਝ ਵਾਹ ਸਿਰਜਣਹਾਰ ਵਾਹ ਪਾਲਣਹਾਰ ਵਾਹ ਬਖਸ਼ਣਹਾਰ ਵਾਹ ਦੁਨੀਆਂ ਦਾ ਰਚਨਹਾਰ ਕੈਸੀ ਕੈਸੀ ਦੁਨੀਆਂ ਤੂੰ ਬਣਾਈ ਇਹ ਹਰ ਜੀਵ ਦੂਸਰੇ ਜੀਵ ਨਾਲੋਂ ਫਲਿਆ ਹੈ ਉਸ ਪਰਮਾਤਮਾ ਦੀ ਵਡਿਆਈ ਥੰਬ ਇੰਪ੍ਰੈਸ਼ਨ ਨਹੀਂ ਮਿਲਦੇ ਪਰ ਅੱਜ ਕੱਲ੍ਹ ਤਾਂ ਸਾਇੰਸ ਨੇ ਇੱਕ ਹੋਰ ਗੱਲ ਸਮਝਾ ਦਿੱਤੀ ਸਾਨੂੰ ਹਰ ਬੰਦੇ ਦੇ ਰਟੀਨੇ ਦਾ ਡਿਜ਼ਾਇਨ ਕਿੰਨੇ ਡਿਜ਼ਾਇਨ ਬਣਾਏ ਰੱਬ ਅੱਜ ਤੱਕ ਕਿੰਨੀ ਦੁਨੀਆ ਪੈਦਾ ਕੀਤੀ ਹੈ ਇੱਕ ਰਟੀਨੇ ਨਾਲ ਦੂਸਰਾ ਰਟੀਨਾ ਨਹੀਂ ਬਣਦਾ ਹੈ ਨਾ ਸਿਰਜਣਹਾਰ ਐਸਾ ਤਗੜਾ ਡਿਜ਼ਾਇਨਰ ਹੈ ਅੱਜ ਤੱਕ ਕੋਈ ਐਸਾ ਕੰਪਿਊਟਰ ਨਹੀਂ ਬਣਾ ਸਕਦਾ ਜੋ ਰੱਬ ਨੇ ਬਣਾਇਆ ਕਿ ਛੋਟਾ ਜਿਹਾ ਰਟੀਨਾ 1 ਸੈਂਟੀਮੀਟਰ ਦਾ ਜੋ ਉਹਦਾ ਡਿਜ਼ਾਇਨ ਇੱਕ ਨਾਲ ਦੂਸਰਾ ਨਹੀਂ ਕਰਦਾ ਫਿਰ ਉਹਨੂੰ ਆਖੀਏ ਵਾਹ ਕਿ ਬੱਲੇ ਬੱਲੇ ਰੱਬਾ ਵੰਡਰਫੁਲ ਗੋਡ ਤੂੰ ਕੈਸਾ ਕ੍ਰੀਏਟਰ ਹੈ ਤੂੰ ਕੈਸਾ ਡਿਜ਼ਾਇਨਰ ਹੈ ਪਾਲਣ ਹਾਂ ਰੋਜ਼ਾਨਾ ਜਪਜੀ ਸਾਹਿਬ ਪੜ੍ਹਦੇ ਦਿਨ ਦਾ ਦੇ ਲੈਂਦੇ ਥੱਕ ਭੱਜ ਜੁਗਾ ਜੁਗੰਤਰ ਕਦੋਂ ਤੂੰ ਖੁਆ ਰਿਹਾ ਰੱਬ ਜੁਗਾ ਅਰਬਾਂ ਖਰਬਾਂ ਸਾਲ ਹੋ ਗਏ ਅਤੇ ਅਰਬਾਂ ਖਰਬਾਂ ਨੂੰ ਹੀ ਪਾਲ ਗਏ ਲੈਣ ਵਾਲੇ ਥੱਕ ਦੇਣ ਵਾਲਾ ਨਹੀਂ ਦੇਣ ਵਾਲਾ ਇੱਕ ਲੈਣ ਵਾਲੇ ਅਨੰਤ ਫਿਰ ਵੀ ਦੇਣ ਵਾਲਾ ਨਹੀਂ ਥੱਕਿਆ ਨਾ ਉਹਦੇ ਭੰਡਾਰੇ ਮੁੱਕੇ ਅਤੇ ਲੈਣ ਵਾਲੇ ਜਪਜੀ ਸਾਹਿਬ ਮਹਾਰਾਜ ਨੇ ਇੱਕ ਬਖਸ਼ਿਸ਼ ਕੀਤੀ ਜੋ ਕੁਛ ਪਾਇਆ ਸੋ ਏਕਾ ਵਾਰ ਰੱਬ ਨੇ ਜੋ ਕੁਝ ਪਾਉਣਾ ਸੀ ਨਾ ਇਸ ਯੂਨੀਵਰਸ ਦੇ ਵਿੱਚ ਇੱਕੇ ਵਾਰੀ ਪਾ ਦਿੱਤਾ ਉਹਨੂੰ ਦੁਬਾਰਾ ਦੁਬਾਰਾ ਰਿਪਲੈਨਿਸ਼ ਕਰਨ ਦੀ ਲੋੜ ਨਹੀਂ ਪੈਂਦੀ ਵੀ ਆਹ ਚੀਜ਼ ਮੁੱਕ ਗਈ ਚੱਲ ਹੋਰ ਪਾ ਦਿੱਤਾ ਔਰ ਜੋ ਪਾ ਦਿੱਤਾ ਨਾ ਉਹ ਨਾ ਘਟਦਾ ਨਾ ਵੱਧਦਾ ਮੁੱਕਦਾ ਨਹੀਂ ਹੈ ਭੁਲੇਖਾ ਸਾਨੂੰ ਕਿਉਂਕਿ ਸਿਰਫ ਫੋਰਮ ਬਦਲਦੀ ਹੈ ਪਾਣੀ ਦੀ ਇੱਕ ਬੂੰਦ ਨਹੀਂ ਕੱਢ ਸਕਦੀ ਪੂਰੀ ਫੋਰਮ ਬਦਲ ਜਾਂਦੀ ਹੈ ਕੋਈ ਚੀਜ਼ ਘਟਦੀ ਵੱਧਦੀ ਨਹੀਂ ਜੋ ਰੱਬ ਨੇ ਪਾ ਦਿੱਤੀ ਉਹ ਉਸੇ ਤਰ੍ਹਾਂ ਕਾਇਮ ਹੈ ਅਸੀਂ ਕੰਜ਼ਿਊਮ ਕਰ ਲੈਂਦੇ ਹਾਂ ਉਹ ਫਿਰ ਵੀ ਕਰ ਲੈਂਦੇ ਕਿਉਂਕਿ ਅਸੀਂ ਜਦੋਂ ਕੰਜ਼ਿਊਮ ਕਰਦੇ ਹਾਂ ਉਹਦੀ ਸਿਰਫ ਫੋਰਮ ਬਦਲਦੀ ਹੈ ਚੀਜ਼ ਨਹੀਂ ਮੁੱਕਦੀ ਐਸਾ ਪਾਲਣ ਅਤੇ ਇਹ ਗੁਣ ਸਾਹਮਣੇ ਰੱਖ ਕੇ ਫਿਰ ਉਹਦਾ ਸਿਮਰਨ ਜਲ ਮੇਂ ਹੋ
ਜੇ 84 ਲੱਖ ਜੁੰਨਾ ਤੇ ਮਹਾਰਾਜ ਕਹਿੰਦੇ ਨੇ 42 ਲੱਖ ਜੁੰਨਾ ਜਲ ਵਿੱਚ ਆ ਪਾਣੀ। ਹੁਣ ਤਾਂ ਡਿਸਕਵਰੀ ਚੈਨਲ ਨੇ ਸਾਨੂੰ ਬਹੁਤ ਕੁਛ ਦਿਖਾ ਦਿੱਤਾ, ਪਰ ਅਜੇ ਜੋ ਦਿਖਾਇਆ ਨਾ ਉਹ ਬਹੁਤ ਨੈਗਲੀਜੀਬਲ ਹੈ, ਅਜੇ ਬਹੁਤ ਸਾਰੀਆਂ ਜੁੰਨਾ ਦਾ ਸਾਇੰਸ ਨੂੰ ਨਹੀਂ। ਨਾਨਕ ਚਿੰਤਾ ਮਤ ਕਰੋ, ਤੂੰ ਕਾਹਦੀ ਚਿੰਤਾ ਕਰੋ, ਚਿੰਤਾ ਤੁਸੀਂ ਹੀ ਹੈ ਜਿਹਨੇ ਪੈਦਾ ਕੀਤਾ, ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ, ਜਿਨ ਉਪਾਈ ਮੇਦਨੀ, ਮੇਦਨੀ ਕਹਿੰਦੇ ਨੇ ਦੁਨੀਆ, ਜਿਸਨੇ ਦੁਨੀਆ ਬਣਾਈ ਸੋਈ ਦੇ ਆਧਾਰ, ਉਹ ਸਾਰਿਆਂ ਦੀ ਪਾਲਣਾ ਕਰ ਰਿਹਾ ਹੈ। ਕਿੱਥੇ ਕਿੱਥੇ ਕਰ ਰਿਹਾ, ਸੈਲ ਪੱਥਰ ਮੇ ਜੰਤੂ ਪਾਏ ਟਾਂਕਾ ਰਿਜਕ ਆਗੇ ਕਰ ਧਰਿਆ, ਪਹਾੜਾਂ ਦੀਆਂ ਕੰਧਰਾਂ ਵਿੱਚ, ਗੁਫਾਵਾਂ ਦੇ ਵਿੱਚ, ਕਿੱਥੇ ਕਿੱਥੇ, ਐਂਟਾਰਟਿਕਾ ਵਿੱਚ, ਉੱਥੇ ਜੀਵ ਪੈਦਾ ਕੀਤੇ, ਫਿਰ ਉਹਨਾਂ ਦਾ ਆਹਾਰ ਪੈਦਾ। ਫਿਰ ਕਮਾਲ ਕੈਸਾ, ਬੱਚੇ ਦੇ ਜਨਮ ਤੋਂ ਪਹਿਲਾਂ ਦੀ ਮੂਵਮੈਂਟ, ਬੱਚਾ ਕੰਸੀਵ ਹੁੰਦਾ ਨਾ ਮਾਂ ਦੇ ਪੇਟ ਵਿੱਚ, ਉਦਣ ਤੋਂ ਉਹਦੇ ਆਹਾਰ ਦਾ ਇੰਤਜ਼ਾਮ ਕਰ ਦਿੰਦਾ। ਮਾਤਾ ਕੈ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਏ। ਗੁਰੂ ਅਮਰਦਾਸ ਪਾਤਸ਼ਾਹ ਸਾਨੂੰ ਉਲਾਮਾ ਦਿੰਦੇ ਹਨ, ਤਾਨਾ ਮਾਰਦੇ ਹਨ ਸਾਡੇ। ਮਾਤਾ ਕਹਿ ਉਦਰ ਮੈਂ ਪ੍ਰਤਪਾਲ ਕਰੇ, ਜਿਹਨੇ ਤੈਨੂੰ ਮਾਤਾ ਦੇ ਉਦਰ ਵਿੱਚ ਰੱਖਿਆ, ਤੇਰੀ ਪ੍ਰਤਪਾਲਣਾ ਕੀਤੀ, ਸੋ ਕਿਉਂ ਮੈਨੂੰ ਵਿਸਾਰੀਏ। ਇਹ ਜੀਵ ਉਹਨੂੰ ਕਿਉਂ ਮੈਨੂੰ ਵਿਸਾਰਦਾ ਹੈ, ਭੁੱਲ ਗਿਆ, ਉੱਥੇ ਪੁੱਠਾ ਲਟਕਿਆ ਸੀ। ਮਾਤ ਗਰਮ ਮੈਂ ਆਪਣ ਸਿਮਰਨ ਦੇ, ਇਹ ਤੁਮ ਰੱਖਣ ਵਾਲੇ, ਉੱਥੇ ਤੂੰ ਆਪਣਾ ਸਿਮਰਨ ਦੇ ਕੇ ਰੱਖਿਆ, ਭੁੱਲ ਗਿਆ, ਉਸ ਹਾਲਤ ਨੂੰ ਭੁੱਲ ਗਿਆ। ਮਾਤਾ ਕਹਿ ਉਦਰ ਮੈਂ ਪ੍ਰਤਪਾਲ ਕਰੇ, ਤਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾ ਹੈ, ਜਿੱਥੇ ਕੋਈ ਹੈਲਪ ਕਰਨ ਵਾਲਾ ਨਹੀਂ ਹੈ, ਉੱਥੇ ਰੱਬ ਹੈ, ਉੱਥੇ ਤੇਰੀ ਰੱਖ, ਉੱਥੇ ਤੇਰੀ ਰੱਖਦਾ ਹੈ। ਅਗਨੀ ਉਦਰ ਮਾਹੇ, ਮਾਤਾ ਦੇ ਉਦਰ ਵਿੱਚ 98 ਡਿਗਰੀ ਸੈਂਟੀਗ੍ਰੇਡ ਟੈਂਪਰੇਚਰ ਹੁੰਦਾ, ਅੱਗ ਹੁੰਦੀ ਹੈ। ਮਾਤਾ ਕਹਿ ਉਦਰ ਮੈਂ ਪ੍ਰਤਪਾਲ ਕਰੇ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਪਾਇਆ, ਮਾਤਾ ਦੇ ਉਧਰ ਵਿੱਚ ਅੱਗ ਹੈ, ਉੱਥੇ ਤੇਰੀ ਪ੍ਰਤਪਾਲਣਾ ਕਰਦਾ ਹੈ, ਤੇਰੀ ਰਖਵਾਲੀ ਕਰਦਾ ਹੈ, ਸੋ ਕਿਉਂ ਮਨ ਵਿਸਾਰੀ। ਆਓ ਉਸ ਭਾਵਨਾ ਨੂੰ ਲੈ ਕੇ ਉਹਨੂੰ ਆਖੀ ਵਾ ਪਾਲਣ ਹਾਰ, ਤੂੰ ਕਿੱਥੇ ਕਿੱਥੇ ਪਾਲਦਾ, ਸੈਲ ਪੱਥਰ ਮੈਂ ਜੰਤ ਪਾਏ ਤਾਂ ਘਰ ਆਗੇ ਕਰ ਕਰਿਆ, ਮੇਰੇ ਮਾਧਵ ਜੀ ਸਭ ਸੰਗਤ ਮਿਲੇ ਸੋ ਕਰਿਆ, ਉਡ ਆਵੇ ਸੈ ਉਸਾ। ਇਲ ਜਿਹੜੀ ਹੈ ਹਜ਼ਾਰਾਂ ਮੀਲ ਦੂਰ ਚਲੀ ਜਾਂਦੀ ਹੈ ਆਪਣੇ ਬੱਚੇ ਪਿੱਛੇ ਛੱਡ ਕੇ, ਇਸ ਪਾਛੈ ਬੱਚਰੇ ਛਰਿਆ ਉਹ ਆਪਣੇ ਬੱਚੇ ਪਿੱਛੇ ਛੱਡ ਜਾਂਦੀ ਹੈ। ਤਿੰਨ ਕੌਣ ਖਲਾਵੇ ਕੌਣ ਚੁਗਾਵੇ, ਉਹਨਾਂ ਦੀ ਪ੍ਰਤਿਪਾਲਣਾ ਕੌਣ ਕਰਦਾ, ਕਦੀ ਸੋਚਿਆ, ਮਨ ਮੈਂ ਸਿਮਰਨ ਕਰਿਆ, ਕਦੀ ਯਾਦ ਆਈ ਸਾਨੂੰ, ਅਸੀਂ ਐਵੇਂ ਕਹਿੰਦੇ ਅਸੀਂ ਆਪਣੇ ਬੱਚੇ ਪਾਲਦੇ, ਅਸੀਂ ਨਹੀਂ ਪਾਲਦੇ ਪਰਮਾਤਮਾ। ਉਸ ਪਾਲਣ ਹਾਰ ਨੂੰ ਆਖੀ ਵਾਹ ਵੰਡਰ ਬੱਲੇ ਰੱਬਾ, ਤੂੰ ਕੈਸਾ ਕੈਸੀ ਮਾਂ ਹੈ, ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ, ਇੱਕ ਅੱਧਾ ਬ੍ਰਹਿਮੰਡ ਨਹੀਂ ਕਰੋੜਾਂ ਬ੍ਰਹਿਮੰਡਾਂ ਦਾ ਤੂੰ ਮਾਲਕ, ਸਰਵ ਜੀਆਂ ਕਾ ਦਾਤਾ ਰੇ, ਪ੍ਰਤ ਪਾਲੈ ਨਿਤ ਸਾਰ ਸੰਭਾਲੈ, ਤੂੰ ਲੁੱਕ ਆਫਟਰ ਕਰਦਾ ਹੈ ਸਾਰਿਆਂ, ਇੱਕ ਅੱਧੇ ਯੂਨੀਵਰਸ ਦੀ ਨਹੀਂ, ਇੱਕ ਅੱਧੀ ਗਲੈਕਸੀ ਦੀ ਨਹੀਂ, ਕਰੋੜਾਂ ਗਲੈਕਸੀ ਦੀ, ਉਹਨੂੰ ਆਖੀਏ ਤੂੰ ਪਾਲੈ। Guru Nanak Dev.
ਆਪਾਂ ਕਿਤੇ ਆਪਣੇ ਅੰਦਰ ਝਾਤੀ ਮਾਰੀਏ, ਆਪਾਂ ਦਿਲ 'ਚ ਕਿੰਨੀ ਮਾੜੀ ਸੋਚਾਂ ਸੋਚਦੇ, ਕਿੰਨੇ ਭੈੜੇ ਕਰਮ, ਪਰ ਉਹ ਪਰਮਾਤਮਾ ਸਾਡੇ ਭੈੜੇ ਸੋਚ ਨੂੰ, ਸਾਡੇ ਭੈੜੇ ਕਰਮਾਂ ਨੂੰ ਨਾ ਚਿਤਾਰਦਾ ਹੋਇਆ ਸਾਨੂੰ ਬਖਸ਼ ਦਿੰਦਾ ਅਤੇ ਸਾਨੂੰ ਪੂਰੀ ਪਿਓਰ ਆਕਸੀਜਨ ਦਿੰਦਾ, ਸਾਨੂੰ ਜੀਣ ਦੇ ਅਨੇਕਾਂ ਸਾਧਨ ਸੁੱਖ ਸਾਧਨ ਦਿੱਤੇ, ਉਹਨੇ ਕਦੇ ਖੋਏ ਨਹੀਂ। ਜਿਹੜਾ ਉਹਦਾ ਨਾਮ ਨਾ ਲਵੇ ਉਹਦੀ ਆਕਸੀਜਨ ਖੋਲਦਾ ਨਹੀਂ ਹੈ, ਦੇਈ ਜਾਂਦਾ ਏਡਾ ਬਖਸ਼। ਕਿਤੇ ਅੱਜ ਪਤਾ ਲੱਗ ਜਾਏ ਨਾ ਕਿ ਮੇਰੇ ਨਾਲ ਜਿਹੜਾ ਬੈਠਾ ਹੈ ਉਹਦੇ ਕੋਲ ਇੱਕ ਮਸ਼ੀਨ ਹੈ ਜਿਹੜੀ ਉਹਨੂੰ ਇਹ ਦੱਸ ਰਹੀ ਹੈ ਵੀ ਮੈਂ ਕੀ ਸੋਚ ਰਿਹਾ, ਅਤੇ ਮੇਰਾ ਬੈਠਣਾ ਔਖਾ ਹੋ ਗਿਆ ਕਿਉਂਕਿ ਮੇਰੀ ਸੋਚ ਹੀ ਨਹੀਂ ਮਾਰੀ। ਪਰ ਉਸ ਪਰਮਾਤਮਾ ਨੇ ਸਾਡੇ ਸਾਰੇ ਪਾਪ ਜਿਹੜੇ ਹੈ ਚੱਕੇ ਹੋਏ, ਸਤਿਗੁਰ ਢਾਲ ਪਲੀਆ ਮੋਹੇ ਪਾਪੀ ਪੜਦਾ, ਆਪਣਾ ਪੜਦਾ ਦੇ ਕੇ ਮੇਰੇ ਵਰਗੇ ਪਾਪੀ ਨੂੰ ਉਹਨੇ ਟੱਕਿਆ, ਨਹੀਂ ਤਾਂ ਮੈਂ ਇੰਨੀ ਗੰਦੀ ਸੋਚ ਵਾਲਾ ਏਡੇ ਭੈੜੇ ਕਰਮ ਰੋਜ਼ ਕਰਦਾ, ਜੇ ਕਿਤੇ ਦੁਨੀਆਂ ਨੂੰ ਪਤਾ ਲੱਗ ਜਾਣ ਵੀ ਮੈਂ 24 ਘੰਟੇ ਕੀ ਕਰਮ ਕਰਦਾ, ਕੈਸੀ ਕੈਸੀ ਸੋਚ ਹੈ ਮੇਰੀ, ਅਤੇ ਮੈਂ ਦੁਨੀਆਂ 'ਚ ਮੂੰਹ ਦਿਖਾਉਣ ਲੱਗ। ਪਰ ਉਸ ਪਰਮਾਤਮਾ ਨੇ ਮੇਰੇ ਸਾਰੇ ਪਾਪ ਪੜਦਾ ਦੇ ਕੇ ਟੱਕੇ ਹੋਏ ਨੇ, ਫਿਰ ਵੀ ਦੁਨੀਆਂ 'ਚ ਮੈਨੂੰ ਬੜਾ ਮਾਣ ਸਤਿਕਾਰ ਦਿੱਤਾ ਹੈ ਨਾ ਬਖਸ਼ ਐਸਾ ਬਖਸ਼ ਇੰਨੇ ਪਾਪਾਂ ਨਾਲ ਲਿਬੜਿਆ ਹੋਇਆ ਨੂੰ ਵੀ ਇੰਨੇ ਸੁੱਖ ਪ੍ਰਦਾਨ ਕਰੀ ਜਾਂਦੇ, ਕਿੱਡੇ ਵੱਡੇ ਦਿਲ ਵਾਲੇ। ਉਹਨੂੰ ਆਖੀਏ ਤੂੰ ਵਾਹ ਵੰਡਰਫੁੱਲ ਹੈ, ਤੂੰ ਬਖਸ਼ਣ ਹਾਰ, ਯੂ ਆਰ ਮਰਸੀ, ਤੂੰ ਕਿਰਪਾ ਕਰ, ਤੂੰ ਸਾਡੇ 'ਤੇ ਸਾਡੇ ਪਾਪਾਂ ਨੂੰ ਨਾ ਚਿਤਾਰ, ਸਾਡੇ ਅਵਗੁਣਾਂ ਨੂੰ ਚਿਤਾਰਦਾ ਨਹੀਂ, ਸਗੋਂ ਉਹਨਾਂ ਨੂੰ ਢੱਕ ਕੇ ਰੱਖਦਾ, ਦੁਨੀਆਂ ਤੋਂ ਸਾਨੂੰ ਬਚਾ। Like